ਦਿੱਲੀ ਜਾਮ ਕੀਤੀ ਹੁੰਦੀ ਆਵਾਦੀ ਪਰ ਲੱਖਾਂ ਵਲੰਟੀਅਰਾਂ ਨੇ ਤਾਂ ਸਰਕਾਰ ਤੇ ਪ੍ਰੈਸ਼ਰ ਹੋਰ ਮਾਰਨਾ ਸੀਗਾ ਡਰਾਮਾ ਕਰਕੇ ਬਿੱਲ ਪਾੜਦੇ ਨੇ ਜਾਂ ਡਰਾਮਾ ਕਰਕੇ ਮਤਲਬ ਹੋਰ ਕੋਈ ਕਾਰਵਾਈ ਬਿਆਨ ਦੇ ਦੇਣੇ ਇਹ ਤਾਂ ਤਰੇੜਦਾ ਐਮਐਲਏ ਉੱਥੇ ਇੱਕ ਐਮਐਲ ਲੱਖ ਲੱਖ ਬੰਦਾ ਵੀ ਇਕੱਠਾ ਕਰਦਾ ਤਾਂ ਵੀ 3 ਲੱਖ ਬੰਦਾ ਕੱਢ ਦਿੱਲੀ ਚੋਂ ਨਾ ਸੀਗਾ ਮੈਂ ਦਿਖਾਉਂਗਾ ਕਿ ਆਮ ਆਦਮੀ ਆਪਣੇ ਦਿਲੋਂ ਢਿੱਡੋਂ ਕਦੋਂ ਮਦਦ ਕੀਤੀ ਕਿਸਾਨਾਂ ਦੌਰਾਨ ਦੀ ਬਿਲਕੁਲ ਨਹੀਂ ਕੀਤੀ ਇੱਕ ਡਰਾਮੇਬਾਜ਼ੀ ਕੀਤੀ ਹੈਗੀ ਧੋਖੇ ਕਹਿ ਸਕਦੇ ਕਿ ਤੁਹਾਨੂੰ ਰਾਜ ਤੇ ਕੋਈ ਨਹੀਂ ਦੀ ਬੜਾ ਨਹੀਂ ਸਕਦੇ ਕਾਨੂੰਨ ਔਰ ਪੰਜਾਬ ਨੂੰ ਖੜਾ ਕਰ ਸਕਦੇ ਸੀਗੇ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਚ ਵੀ ਜਿਹੜਾ ਹੈੱਡਕੁਆਰਟਰ ਛੱਡੋ ਤਿੰਨ ਮੈਡੀਕਲ ਕਾਲਜਾਂ ਚ ਕਾਰਡਿਕ ਡਿਪਾਰਟਮੈਂਟ ਹੈ ਨਹੀਂ ਕੈਥ ਲੈਬ ਹੈ ਨਹੀਂ ਜੋਗੀ ਵਰਗੇ ਬੰਦੇ ਨੂੰ ਜਿਹਦੇ ਦਿਮਾਗ ਜ਼ਹਿਰ ਭਰਿਆ ਹੋਇਆ ਉਹਨੂੰ ਆਪਣੇ ਕੋਲ ਤਾਂ ਰਾਹ ਸੰਭਿਆ ਨਹੀਂ ਜਾਂਦਾ 2000 ਲਾਸ਼ ਗੰਗਾ ਚ ਤੈਰਦੀ ਫੇਈ ਹੈਗੀ ਹੈ ਰਾਜਾਂ ਦਾ ਪਿੰਡਾਂ ਦੇ ਪਿੰਡ ਉਹਨਾਂ ਦੇ ਗਰਸਤ ਹੋਏ ਪਏ ਐ ਕੁੰਭ ਕਰਵਾ ਕੇ ਸਾਰੇ ਮੁਲਕ ਨੂੰ ਕਰੋਨਾ ਕਰਵਾਤਾ ਸਾਰੀ ਯੂਪੀ ਨੂੰ ਆਪਣੇ ਪੈਰਾਂ ਥਲੇ ਪਿੱਠ ਸੋਟਾ ਫੇਰੇ ਹੋ ਪੰਜਾਬ ਦਖਲ ਨਾ ਦੇਵੇ ਪਰ ਇਹਨੂੰ ਫਿਰਕੂ ਰੱਗੜ ਦੇਣੀ ਇਹ ਬਿਲਕੁਲ ਗਲਤ ਹੈਗਾ ਨਾ ਪੰਜਾਬ ਦੇ ਲੀਡਰਾਂ ਨੂੰ ਦੇਣੀ ਚਾਹੀਦੀ ਹੈ ਤੇ ਨਾ ਨਾ ਜਹਿਰ ਉਗਣ ਵਾਲੇ ਯੂਪੀ ਦੇ ਲੀਡਰਾਂ ਨੂੰ ਜਾਂ ਕਿਸੇ ਹੋਰ ਕਿਸ ਹੋਰ ਰਾਜ ਦੇ ਲੀਡਰਾਂ ਨੂੰ ਇਹ ਇਹ ਬਰਗਾੜੀ ਦਾ ਮੁੱਦਾ ਹੈਗਾ ਇਹਦੇ ਜੋ ਡਰਾਮਾ ਮੈਂ ਤਾਂ ਸਮਝ ਨਹੀਂ ਆਈ ਡਰਾਮਾ ਹੋਇਆ ਕੀ ਹੈਗਾ ਮੈਨੂੰ ਸੱਚੀ ਨਹੀਂ ਸਮਝ ਆਈ ਮੈਂ ਕਹਿੰਦਾ ਜਿੰਨੀ ਬੇਕਦਰਹੀ ਉਹਨਾਂ ਨੇ ਕੀਤੀ ਹੈਗੀ ਹੈ ਕੁਰਮ ਕਰਨ ਵਾਲਿਆਂ ਨੇ ਗੁਰਾਂ ਜੀ ਦਾ ਗੁਰਾਂ ਸਾਹਿਬ ਦੇ ਮਤਲਬ ਪੰਨੇ ਪਾੜ ਕੇ ਕਲਾਰੇ ਹੈਗੇ ਆ ਉਹ ਤਾਂ ਵੱਧ ਬੇਕਦਰੀ ਗੁਰੂਆਂ ਸਾਹਿਬ ਦੀ ਕੈਪਟਾਨਾ ਨੇ ਬਾਦਲਾਂ ਨੇ ਇਸ ਔਟਾ ਨੇ ਸਿੱਟ 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 ਕਮੇਟੀਆਂ ਨੇ ਪੁਲਿਸ ਅਫਸਰਾਂ ਨੇ ਉਨੀ ਕਰ ਦਿੱਤੀ ਹੈਗੀ ਕਰ ਦਿੱਤੀ ਉਹ ਤਾਂ ਵੱਧ ਕਰ ਦਿੱਤੀ ਹੈ ਪੰਜਾਬ ਕੋਲ ਪੈਸਾ ਹੀ ਨਹੀਂ ਹੈਗਾ ਪੰਜਾਬ ਕੋਲ ਦੋ ਟੈਕਸ ਰਹਿ ਗਏ ਇੱਕ ਸ਼ਰਾਬ ਤੇ ਇੱਕ ਪੈਟਰੋਲ ਤੇ ਬਾਕੀ ਸਾਰੇ ਟੈਕਸ ਕੇ ਅੰਦਰ ਲੈ ਗਿਆ ਜੇ ਕੋ ਤੇਰਦਾ ਰੋਲ ਹੈਗਾ ਪੰਜਾਬ ਚ ਔਰ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਵਾਸਤੇ ਤਾਂ ਉਹ ਉਹ ਇੱਕ ਸ਼ਾਂਤ ਤਰ੍ਹਾਂ ਦਾ ਹੈਗਾ ਚਾਹੇ ਉਹਨਾਂ ਨਾਲ ਮੇਰੇ ਨਿੱਜੀ ਤੌਰ ਤੇ ਕੀ ਨਾ মতਪੇਦ ਵੀ ਹੋਣ ਤਾਂ ਵੀ ਮੈਂ ਮੋਹਰੇ ਹੋ ਕੇ ਸ਼ਾਂਤ ਜੱਥੇਬੰਦੀਆਂ ਜੋ ਜੋ ਸਿਆਸੀ ਪਾਰਟੀ ਉੱਭਰੂਗੀ ਉਹਦੀ ਮੈਂ ਮਦਦ ਕਰੂੰਗਾ ਉਹਨਾਂ ਨਾਲ ਖੜੂੰਗਾ ਉਹਨਾਂ ਦੀ ਹਰ ਹਾਲਤੇ ਮੈਂ ਹਰ ਹਰ ਤਰ੍ਹਾਂ ਉਹਨਾਂ ਦੀ ਸਹਾਇਤਾ ਕਰੂੰਗਾ ਆਮ ਆਦਮੀ ਪਾਰਟੀ ਦੀ ਪੰਜਾਬ ਚ ਕੀ ਸਥਿਤੀ ਹੈ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਚ ਕਿੱਥੇ ਖੜੀ ਹੈ ਕਿ ਲੋਕੀ ਕਾਂਸ ਦਾ ਓਕੇ ਹੋਇਆ ਲੋਕੀ ਲੋਕੀ ਅਕਾਲੀਆਂ ਤੋਂ ਓਕੇ ਹੋਇਆ ਭਾਜਪਾ ਤੋਂ ਓਕੇ ਹੋਇਆ ਆਵਾਮੀ ਪਾਰਟੀ ਨੂੰ ਵੋਟਾਂ ਪੈ ਜਾਣਗੀਆਂ ਮੈਨੂੰ ਇਹਨਾਂ ਤਰੁਸਤ ਨਹੀਂ ਸਮਝਦਾ ਹੈਗਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਸ਼ਾਇਰ ਸਰਜੀਤ ਪਾਤਰਹੋਰਾ ਦਾ ਲਿਖਿਆ ਇਹ ਸ਼ੇਅਰ ਪੰਜਾਬ ਦੇ ਅੱਜ ਦੇ ਹਾਲਾਤਾਂ ਤੇ ਬਿਲਕੁਲ ਢੁਕਦਾ ਹੈ ਕਿਉਂਕਿ ਪੰਜਾਬ ਨੂੰ ਸ਼ਾਇਦ ਕਿਸੇ ਦੀ ਵਾਕਈ ਨਜ਼ਰ ਲੱਗ ਚੁੱਕੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਜਿਉਂ ਦੇ ਤਿਉਂ ਬਣੇ ਹੋਏ ਨੇ ਔਰ ਦਿਨੋ-ਦਿਨ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਵੱਧ ਤੋਂ ਵੱਧਰ ਹੁੰਦੀ ਜਾਂਦੀ ਹੈ ਚਾਹੇ ਉਹ ਸਿਹਤ ਸਹੂਲਤਾਂ ਦੀ ਗੱਲ ਕਰੀਏ ਚਾਹੇ ਉਹ ਸਿਆਸਤ ਦੀ ਗੱਲ ਕਰੀਏ ਚਾਹੇ ਉਹ ਕਿਸਾਨੀ ਦੀ ਗੱਲ ਕਰੀਏ ਸੋ ਇਹ ਸਾਰੇ ਸੰਦਰਭ ਦੇ ਵਿੱਚ ਇਸ ਸਮੇਂ ਪੰਜਾਬ ਦੀ ਜਿਹੜੀ ਸਿਆਸੀ ਫਿਜ਼ਾ ਹੈ ਉਹ ਵੀ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਦੇ ਵਿੱਚ ਆਪਸੀ ਰੌਲਾ ਪਿਆ ਹੋਇਆ ਹੈ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਚਾਹੇ ਉਹ ਕਿਸਾਨੀ ਦੇ ਮੁੱਦੇ ਤੇ ਸੋ ਇਸ ਤमाम ਗੱਲਾਂ ਬਾਰੇ ਅਸੀਂ ਅੱਜ ਗੱਲਬਾਤ ਕਰਨ ਪਹੁੰਚੇ ਹਾਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਕੋਲ ਡਾਕਟਰ ਸਾਹਿਬ ਤੁਹਾਡਾ ਸਵਾਗਤ ਧੰਨਵਾਦ ਜੀ ਮੇਰੇ ਵੱਲੋਂ ਤੁਹਾਡੇ ਚੈਨਲ ਅਨ ਬਿਊਟਰ ਨੂੰ ਬਹੁਤ ਬਹੁਤ ਵਧਾਈਆਂ ਜੀ ਦਾ ਕਿ ਇਹ ਨਵਾਂ ਚੈਨਲ ਪੰਜਾਬ ਦੀ ਪੱਤਰਕਾਰਤਾ ਜੋ ਉਹਦੇ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਊਗਾ ਨਿਰਪੱਖ ਪੱਤਰਕਾਰੀ ਵਿੱਚ ਆਪਣੀ ਝੰਡੀ ਗੱਡੂਗਾ ਔਰ ਪੰਜਾਬ ਦੇ ਲੋਕਾਂ ਨੂੰ ਸਮੇਂ-ਸਮੇਂ ਸਰ ਜੋ ਸਹੀ ਦਿਸ਼ਾ ਹੈਗੀ ਹੈ ਔਰ ਸਹੀ ਜੋ ਜਾਣਕਾਰੀ ਹੈ ਉਹ ਦਿਨ ਦਾ ਰਹੂਗਾ ਜੀ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਇਹੋ ਹੀ ਆ ਕਿ ਜੋ ਪੰਜਾਬ ਦੇ ਇਸ ਵੇਲੇ ਹਾਲਾਤ ਨੇ ਜਿਸ ਤਰ੍ਹਾਂ ਮੈਂ ਸ਼ੇਅਰ ਕੀਤਾ ਹੈ ਕਿ ਪੰਜਾਬ ਨੂੰ ਨਜ਼ਰ ਲੱਗੀ ਹੈ ਸੋ ਪੰਜਾਬ ਨੂੰ ਤੁਸੀਂ ਸਿਆਸਤ ਦੇ ਤੌਰ ਤੇ ਚਾਹੇ ਉਹ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਆ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਜਿਹੜੇ ਲਗਾਤਾਰ ਬਿਆਨ ਜਾਰੀ ਨਵਜੋਤ ਸਿੰਘ ਸਿੱਧੂ ਕਰ ਰਿਹਾ ਹੈ ਚਾਹੇ ਹੁਣ ਕੱਲ ਹੀ ਨਵਜੋਤ ਸਿੱਧੂ ਦੇ ਖਿਲਾਫ ਜਾਂ ਉਹਦੇ ਪੀਏ ਦੇ ਖਿਲਾਫ ਜਿਹੜੀ ਵਿਜੀਲੈਂਸ ਜਾਂਚ ਜਿਹੜੀ ਉਹ ਆਰੰਭ ਕੀਤੀ ਗਈ ਹੈ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਖਿਲਾਫ ਜਿਹੜਾ ਮਾਹੌਲ ਸੀ ਜਾਂ ਹੁਣ ਜਿੰਨੀ ਵੀ ਸਿਆਸਤ ਹੈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹ ਸ਼ਾਇਦ ਲੀਡਰਾਂ ਨੇ ਹਾਲ ਦੀ ਘੜੀ ਅੱਖੋਂ ਪਰੋਖੇ ਕੀਤੇ ਨੇ ਸੋ ਤੁਹਾਡੀ ਨਜ਼ਰ 'ਚ ਪੰਜਾਬ ਕਿੱ ਦੇਖੋ ਪੰਜਾਬ ਬੜੀ ਇੱਕ ਮਾੜੀ ਹਾਲਤ ਚੋਂ ਗੁਜ਼ਰ ਰਿਹਾ ਹੈਗਾ ਜਿੱਥੇ ਇੱਕ ਪਾਸੇ ਹੁਣ ਤੋਂ ਨਹੀਂ ਦਹਾਕਿਆਂ ਤੋਂ ਔਰ ਪਿਛਲੇ 10-12 ਸਾਲ ਤੋਂ ਖਾਸ ਤੌਰ ਤੇ ਪੰਜਾਬ ਚ ਤਰਫੇ ਸੰਕਟ ਦੀ ਮਾਰ ਚੱਲ ਰਿਹਾ ਹੈਗਾ ਚਾਹੇ ਉਹ ਸਿਹਤ ਦਾ ਸੰਕਟ ਹੈ ਚਾਹੇ ਉਹ ਕਿਸਾਨੀ ਦਾ ਸੰਕਟ ਹੈ ਚਾਹੇ ਨਸ਼ਿਆਂ ਦਾ ਸੰਕਟ ਹੈ ਚਾਹੇ ਬੇਰੋਜ਼ਗਾਰੀ ਦਾ ਸੰਕਟ ਹੈ ਚਾਹੇ ਇੰਡਸਟਰੀ ਦਾ ਸੰਕਟ ਹੈ ਚਾਹੇ ਵਾਤਾਵਰਨ ਦਾ ਸੰਕਟ ਹੈ ਜਿੱਥੇ ਪੰਜਾਬ ਚ ਤਰਫੇ ਸੰਕਟਾਂ ਦੀ ਮਾਰ ਚੱਲ ਰਿਹਾ ਹੈਗਾ ਉੱਤੇ ਪੰਜਾਬ ਦੀ ਜੋ ਸਿਆਸੀ ਫਿਜ਼ਾ ਹੈਗੀ ਹੈ ਉਹ ਵੀ ਕਾਫੀ ਗੰਦਲੀ ਹੋਈ ਹੈਗੀ ਹੈ ਪੰਜਾਬ ਦੇ ਲੋਕੀ ਬਿਲਕੁਲ ਬਿਆਸ ਹੋਈ ਬੈਠੇ ਨੇ ਔਰ ਪੰਜਾਬ ਦੀ ਜੋ ਸਿਆਸਤ ਦਾ ਜੋ ਅਸਲੀ ਧੁਰਾ ਹੋਣਾ ਚਾਹੀਦਾ ਹੈਗਾ ਜੋ ਕੇਂਦਰ ਬਿੰਦੂ ਹੋਣਾ ਚਾਹੀਦਾ ਉਹ ਹੈ ਕਿ ਲੋਕਾਂ ਦੀ ਭਲਾਈ ਪੰਜਾਬ ਦੀ ਪੰਜਾਬ ਦੇ ਜੋ ਸੰਕਟਾ ਚ ਕਿਵੇਂ ਬਾਹਰ ਨਿਕਲੂਗਾ ਉਹ ਤੇ ਗੰਭੀਰ ਚਰਚਾ ਗੰਭੀਰ ਕਦਮ ਜਾਇਕ ਦੂਰਦ੍ਰਿਸ਼ਟੀ ਦੀ ਜੋ ਲੋੜ ਹੈਗੀ ਹੈ ਉਹ ਪੂਰੀ ਤਰ੍ਹਾਂ ਗਾਇਬ ਹੈਗੀ ਹੈ ਜਿਹੜੀ ਸਿਆਸਤ ਹੈ ਉਹ ਸ਼ਖਸੀਤਾਂ ਦੇ ਆਲੇ-ਕੋਮ ਰਹੀ ਹੈ ਉਹ ਸ਼ਖਸੀਤ ਚਾਹੇ ਕੈਪਟਨ ਰਿੰਦਰ ਸਿੰਘ ਦੀ ਹੋਵੇ ਚਾਹੇ ਸੁਖਵੀਰ ਬਾਦਲ ਦੀ ਹੋਵੇ ਚਾਹੇ ਭਵੰਤ ਮਾਨ ਜਾਂ ਕਿਸੇ ਹੋਰ ਆਪ ਵਾਲੇ ਦੀ ਹੋਵੇ ਚਾਹੇ ਉਹ ਨਵਜੋਤ ਸਿੱਧੂ ਦੀ ਹੋਵੇ ਭਾਵੇਂ ਖੈਰੇ ਦੀ ਹੋਵੇ ਤੇ ਭਾਵੇਂ ਉਹ ਬੈਂਸਾਂ ਦੀ ਹੋਵੇ ਚਕਸੀਤਾਂ ਦਵਾਲੇ ਸਿਆਸਤ ਘੁਮਰੀ ਹੈ ਜਿਹੜੀ ਜਦ ਕਿ ਸਿਆਸਤ ਮੁੱਦਿਆਂ ਦਵਾਲੇ ਤੇ ਮੁੱਦਿਆਂ ਦੇ ਹੱਲ ਦਵਾਲੇ ਜੋ ਜੋ ਦ੍ਰਿਸ਼ਟੀਕੋਣ ਹੈ ਜੋ ਭਵਿੱਖ ਮੁਖੀ ਜੋ ਇੱਕ ਰਸਤਾ ਕੋਈ ਕਿਸ ਨੂੰ ਕਿਸੇ ਕੋਲ ਹੈਗਾ ਹੈ ਉਹ ਦੱਸ ਕੇ ਜਾਂ ਉਹਦੇ ਤੇ ਕਿਵੇਂ ਅਮਲ ਹੋਊਗਾ ਉਹਦਾ ਜਿਹੜਾ ਇੱਕ ਖਾਕਾ ਪੇਸ਼ ਕਰਕੇ ਸਿਆਸਤ ਹੋਣੀ ਚਾਹੀਦੀ ਹੈਗੀ ਹੈ ਜਿਹੜੀ ਸੱਚਮੁੱਚ ਹੀ ਸਹੀ ਮਾਨਿਆਚ ਪੰਜਾਬ ਦਾ ਕਲਿਆਣ ਕਰ ਸਕਦੀ ਹੈ ਉਹ ਸਿਆਸਤ ਅਜ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਸਿਆਸੀ ਸੰਵਾਦ ਤੋਂ ਉਹ ਗਾਇਬ ਹੈਗੀ ਹੈ ਤੇ ਅੱਜ ਇੱਕ ਵਾਰ ਫੇਰ ਾਂਗਸ ਦਾ ਦਰੂਨੀ ਕਾਟੋਕਲੇਸ ਜਿਹੜਾ ਪਿਛਲੇ 3-4 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ ਸੀਗਾ ਕਿਸੇ ਨਾ ਕਿਸੇ ਰੂਪ ਵਿੱਚ ਉਹ ਅੱਜ ਮੁੜ ਕੇ ਫੇਰ ਜਾਗੇ ਜਾਹ ਰਹੇਗਾ ਸਿੱਧੂ ਸਾਹਬ 3 ਸਾਲ ਦਾ ਅਗਿਆਤ ਵਾਸਟ ਕੱਟ ਕੇ ਮੁੜ ਕੇ ਫੇਰ ਜਿੱਤੋ ਜਦੋਂ 3 ਸਾਲ ਉਹ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੀ ਨਸ਼ਾ ਤਸਕਰੀ ਦੀ ਪੰਜਾਬ ਦੇ ਬੇਰਜ਼ਗਾਰੀ ਦੀ ਪੰਜਾਬ ਦੇ ਐ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਜਾਂ ਪਾਕਿਸਤਾਨਾ ਅਮਨ ਸ਼ਾਂਤੀ ਅਤੇ ਸਨੇਹਾਲੀ ਜਾਣ ਦੀ ਜਾਂ ਫਿਰ ਹੋਰ ਜਿਹੜੇ ਆਪਣਾ ਸ਼ਹਿਰੀ ਵਿਕਾਸ ਮੰਤਰਾਲਾ ਹੈਗਾ ਇਹਦੇ ਵਿੱਚ ਲੋਡਿੰਗ ਦੇ ਸੁਧਾਰ ਕਰਨ ਦੀ ਜਾ ਹੋਰ ਇਹਦਾ ਦੇ ਪੰਜਾਬ ਪੱਖੀ ਮੁੱਦਿਆਂ ਦੀ ਸਿਆਸ ਕਰਦੇ ਰਹੇ ਨੇ ਉਹਨਾਂ ਨੇ ਵੀ ਅਖੀਰ ਨੂੰ ਆ ਕੇ ਇੱਕ ਵਾਰ ਫੇਰ ਜੋ ਬਰਗਾੜੀ ਦਾ ਮੁੱਦਾ ਹੈਗਾ ਇਹਦੇ ਤੇ ਆਪਣੇ ਸਿਆਸ ਦੀ ਜਿਹੜੀ ਹੈ ਉਹ ਖੇਡਣੀ ਸ਼ੁਰੂ ਕਰ ਦਿੱਤੀ ਹੈਗੀ ਹੈ ਮੈਂ ਨਹੀਂ ਕਹਿੰਦਾ ਬਰਗਾੜੀ ਦਾ ਮੁੱਦਾ ਨਹੀਂ ਉਠਾਇਆ ਜਾਣਾ ਚਾਹੀਦਾ ਪਰ ਬਰਗਾੜੀ ਦਾ ਮੁੱਦਾ ਜਾਂ ਧਾਰਮਿਕ ਵਿਦਵੀ ਦਾ ਮੁੱਦਾ ਹਾਲਾਂਕਿ ਧਰਮ ਧਰਮ ਤੇ ਧਰਮ ਤੇ ਚਰਚਾ ਨਾ ਤਾਂ ਮੇਰਾ ਚਿੰਤਨ ਦਾ ਖੇਤਰ ਹੈ ਨਾ ਮੇਰਾ ਕਾਰਜ ਖੇਤਰ ਹੈਗਾ ਨਾ ਮੈਂ ਇਸ ਤੇ ਬਤੀ ਕੋ ਕਮੈਂਟਰੀ ਕਰਕੇ ਰਾਜੀ ਨਹੀਂ ਕਿਉਂਕਿ ਮੈਂ ਕਦੇ ਵੀ ਇੱਕ ਖੇਤਰ ਨੂੰ ਆਪਣਾ ਇੱਕ ਜ਼ਿੰਦਗੀ ਦਾ ਜਾਂ ਫਲਸਫਾ ਹੈਗਾ ਉਹਦੇ ਚ ਇਹਨਾਂ ਕਿਤ ਕਦ ਹੂਨਾ ਇਹਨੇ ਬਹੁਤੀ ਅਹਿਮੀਤ ਇਖਤियार ਨਹੀਂ ਕੀਤੀ ਚਾਹੇ ਮੰਦਰ ਹੋਵੇ ਚਾਹੇ ਗੁਰਦੁਆਰਾ ਹੋਵੇ ਚਾਹੇ ਮਸਜਿਦ ਹੋਵੇ ਚਾਹੇ ਕੁਮਸੀਤ ਹੋਵੇ ਚਾਹੇ ਕੋਈ ਡੇਰਾ ਹੋਵੇ ਮੈਂ ਇਸ ਤੋਂ ਤਕਰੀਬਨ ਆਪਣੇ ਆਪ ਨੂੰ ਮੁਕਤੀ ਰੱਖਿਆ ਹੈਗਾ ਪਰ ਫਿਰ ਵੀ ਜਿਹੜੇ ਬੰਦੇ ਸ਼ਰਾਰਤਾਨਾ ਰੂਪ ਵਿੱਚ ਜਾਂ ਸਾਸ਼ੀ ਰੂਪ ਵਿੱਚ ਆਰਮੀ ਗ੍ਰੰਥਾਂ ਦੀ ਬੇਅਦਵੀ ਕਰਦੇ ਹੈਗੇ ਆ ਜ ਜਿਨ੍ਹਾਂ ਜਿਨ੍ਹਾਂ ਵੱਲੋਂ ਇੱਕ ਕ ਕੰਮ ਕੀਤਾ ਜਾਂਦਾ ਉਹਦੇ ਸਖਤ ਖਲਾਬ ਹੈ ਕਿਉਂਕਿ ਇਸ ਸਮਾਜ ਵਿੱਚ ਇਹ ਇੱਕ ਖਾਸ ਕਿਸਮ ਦਾ ਮਾਹੌਲ ਪੈਦਾ ਕਰਦੀ ਹੈਗੀ ਜਿਹਦੇ ਚੋਂ ਮਤਲਬ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਿਹਨੀਆਂ ਆਹਤ ਹੁੰਦੀਆਂ ਹੁੰਦੀਆਂ ਲੋਕਾਂ ਦੇ ਅਸਲ ਮੁੱਦੇ ਹੈਗੇ ਆ ਉਹ ਵੀ ਭੱਟ ਕੇ ਕਿਤੇ ਦੂਰ ਜਾ ਕੇ ਰਦੇ ਹੈਗੇ ਤੇ ਲੋਕਾਂ ਦੀ ਜ਼ਿੰਦਗੀ ਜੋ ਨਕ ਸੰਭਾਵਿਤ ਜੋ ਜੋ ਇੱਕ ਸਹਾਰ ਹੋਣਾ ਹੁੰਦਾ ਉਹ ਵੀ ਲੋਕਾਂ ਦੇ ਲੋਕਾਂ ਦੇ ਏਜੰਡੇ ਤੋਂ ਵੀ ਗਾਇਬ ਹੋ ਜਾਂਦਾ ਤੇ ਸਰਕਾਰਾਂ ਦੇ ਅਜੰਡੇ ਤੋਂ ਵੀ ਗੈਬ ਹੋ ਜਾਂਦਾ ਸਿਆਸੀ ਪਾਰਟੀ ਦੇ ਅਜੰਡੇ ਤੋਂ ਵੀ ਗੈਬ ਹੋ ਜਾਂਦਾ ਇਹ ਹੀ ਹਾਲ ਪੰਜਾਬ ਦੀ ਬਣੀ ਹੋਈ ਹੈ ਬੜੀ ਦੁਖਦਾਈ ਹਾਲਤ ਹੈਗੀ ਹੈ ਕਿ ਜਦੋਂ ਪੰਜਾਬ ਨੂੰ ਆਪਣੀ ਕਿਸਾਨੀ ਸੰਕਟ ਦੀ ਚਰਚਾ ਕਰਨੀ ਚਾਹੀਦੀ ਸੀ ਜਦੋਂ ਪੰਜਾਬ ਚੋਂ ਇੱਕ ਵਾਰ ਫਿਰ ਨਿੱਗ ਰਹੇ ਕਿ ਜੋ ਕਿ ਜਿਹੜਾ ਸਿਹਤ ਪ੍ਰਬੰਧ ਹੈ ਇਹਦੇ ਜੋ ਊਣਤਾਈਆਂ ਜਾਗਰ ਹੋ ਰਹੀਆਂ ਇਹਦੀ ਗੱਲ ਕਰਨੀ ਚਾਹੀਦੀ ਸੀ ਜਦੋਂ ਪੰਜਾਬ ਨੂੰ ਅੱਜ ਬੇਰੁਜ਼ਗਾਰੀ ਦੀ ਗੱਲ ਕਰਨੀ ਚਾਹੀਦੀ ਸੀ ਪ੍ਰਵਾਸ ਦੀ ਗੱਲ ਕਰਨੀ ਚਾਹੀਦੀ ਸੀ ਜਦੋਂ ਪੰਜਾਬ ਨੂੰ ਅੱਜ ਮੁੜ ਕੇ ਫਿਰ ਇੱਕ ਵਾਰ ਫਿਰ ਜਿਹੜੇ ਪਾਣੀ ਮੁਕਰਿਆ ਪਾਣੀ ਹੈ ਉਹਦੀ ਗੱਲ ਕਰਨੀ ਚਾਹੀਦੀ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਸੀ ਪੰਜਾਬ ਦੇ ਟੈਕਸਾਂ ਦੀ ਗੱਲ ਕਰਨੀ ਚਾਹੀਦੀ ਸੀ ਪੌਣੇ 3 ਲੱਖ ਬਜਟ ਦਾ ਜੋ ਘਾਟਾ ਹੈਗਾ ਜਾਉਦ ਚੋਂ ਕਰਜ਼ਾ ਹੈਗਾ ਉਹਦੀ ਗੱਲ ਕਰਨੀ ਚਾਹੀਦੀ ਸੀ ਤਾਂ ਪੰਜਾਬ ਇੱਕ ਜਿਹੜੇ ਦੂਸਰੇ ਮੁੱਦੇ ਹੈ ਜਜ਼ਬਾਤੀ ਮੁੱਦੇ ਹੈ ਉਹਨਾਂ ਦੀ ਰਾਜਨੀਤੀ ਦੁਆਲੇ ਘੁੰਮ ਰਿਆ ਪੰਜਾਬ ਦੀ ਸਿਆਸਤ ਇਹ ਮੈਂ ਮੈਂ ਇਹਨੂੰ ਕੋਈ ਚੰਗਾ ਲੱਛਣ ਨਹੀਂ ਸਮਝਦਾ ਹੈਗਾ ਮੈਂ ਇਹਨੂੰ ਕੋਈ ਚੰਗਾ ਐ ਨਹੀਂ ਕਿ ਬਹੁਤ ਹਾਂਦਰੂ ਪੱਖ ਹੈ ਪੰਜਾਬ ਦੀ ਸਿਆਸਤ ਦਾ ਸਮਾਜਿਕ ਜ਼ਿੰਦਗੀ ਦਾ ਤੇ ਮਾਸ਼ਾਅੱਲਾ ਬੱਦਲ ਇੱਕ ਜਲਦੀ ਇਹ ਮੁਬਾਬਬਾਤ ਖਤਮ ਹੋਵੇ ਲੋਕਾਂ ਨੂੰ ਸਲਾਮਾਂ ਮਿਲਣ ਮੇਰੀ ਵੀ ਇੱਛਾ ਹੈ ਸਭ ਦੀ ਇੱਛਾ ਹੈਗੀ ਹੈ ਪਰ ਇਸੇ ਦਿਵਾਲੀ ਸਾਰੀ ਸਿਆਸਤ ਕੀਤੀ ਜਾਵੇ ਇਹ ਨਾ ਤਾਂ ਸਿੱਧੂ ਸਾਹਿਬ ਨੂੰ ਸੌਂਦੀ ਹੈਗੀ ਹੈ ਤੇ ਨਾ ਹੀ ਕਿਸੇ ਹੋਰ ਨੂੰ ਸੌਂਦੀ ਹੈਗੀ ਹੈ ਕੈਪਟਨ ਸਾਹਿਬ ਦਾ ਤਾਂ ਸਭ ਪੰਜਾਬ ਸਾਹਿਬ ਜਗ ਜाहਰ ਹੈ ਕਿ ਜੋ ਸਾਢੇ 4 ਸਾਲ ਇਹਨਾਂ ਦੀਆਂ ਜੋ ਸਿਆਸੀ ناکਾਮੀਆਂ ਜੋ ਆਪਣੇ ਏਜੰਡੇ ਦੀਆਂ ناکਾਮੀਆਂ ਚਾਹੇ ਰੋਜ਼ਗਾਰ ਦਾ ਮੁੱਦਾ ਹੋਵੇ ਘਰ ਘਰ ਰੋਜ਼ਗਾਰ ਦਾ ਚਾਹੇ ਕਿਸਾਨੀ ਦੇ ਬੈਂਕਾਂ ਆੜਤੀਆਂ ਤੇ ਸਾਰੇ ਜ਼ੈਕਾਰੀ ਸੁਭਾਵਾਂ ਦੇ ਕਰਜ਼ੇ ਮਾਫ ਕਰਨ ਦਾ ਮੁੱਦਾ ਹੋਵੇ ਚਾਹੇ ਉਹ ਮਤਲਬ 2500 ਰੁਪਏ ਪੈਨਸ਼ਨ ਦੇਣ ਦਾ ਮੁੱਦਾ ਹੋਵੇ ਚਾਹੇ ਆਟੇ ਦਾਲਣਾ ਚਾਹ ਪੱਤੀ ਦੇਣ ਦਾ ਮੁੱਦਾ ਹੋਵੇ ਗੱਲ ਕੀ ਉਹ ਜਹਰਾ ਜੋ ਜੋ ਟਕਵੰਜ ਜਿਹੜਾ ਇਹ ਆਪਣਾ ਸਾਹੀ ਜੋ ਮੈਂ ਆਪਣੇ ਸਲਾਹ ਕਰ ਰਹੀ ਜਿਹੜਾ ਹੁਣ ਦੁਬਾਰਾ ਫੇਰ ਆ ਚੁੱਕੇ ਨੇ ਪ੍ਰਸ਼ਾਂਤ ਕਸ਼ੋਰ ਉਹਨਾਂ ਰਾਹੀ ਜੋ ਰਜਿਆ ਸੀਗਾ ਉਹ ਡੰਬਰ ਲੋਕਾਂ ਨੂੰ ਜਹਾਰ ਹੋ ਚੁੱਕਿਆ ਹੈਗਾ ਪੰਜਾਬ ਚ ਉਹ ਸਾਰੀਆਂ ਲਾਮਤਾਂ ਜਿੱਥੇ ਅਕਾਲੀ ਛੱਡ ਕੇ ਗਏ ਸੀਗੇ ਮਾਫੀਆ ਕਲਚਰ ਨੂੰ ਸ਼੍ਰਾਮ ਮਾਫੀਆ ਨਸ਼ਾ ਮਾਫੀਆ ਨੀਤਾ ਬਜਰੀ ਮਾਫੀਆ ਠੇਕੇਬਲ ਮਾਫੀਆ ਟਰਾਂਸਫਰ ਮਾਫੀਆ ਜਿੱਥੇ ਕਾਂਗਰਸੀ ਛੱਡ ਕੇ ਗਏ ਸੀ ਇਹ ਕਾਂਗਰਸੀ ਨੇ ਉੱਥੋਂ ਚੁੱਕ ਲਿਆ ਤੇ ਪੰਜਾਬ ਵਿੱਚ ਅਕਾਲੀਆਂ ਤੋਂ ਵੀ ਇੱਕ ਕਦਮ ਹੋ ਕੇ ਪੰਜਾਬ ਨੂੰ ਲੁੱਟਣ ਲੁੱਟਣ ਵਿੱਚ ਪੰਜਾਬ ਨੂੰ ਇਹਨੂੰ ਪੰਜਾਬ ਨੂੰ ਛਾਂਗਣ ਵਿੱਚ ਜਾਂ ਪੰਜਾਬ ਦੇ ਸਾਧਨਾਂ ਸਰੋਤਾਂ ਦੀ ਘਾਣ ਕਰਨ ਵਿੱਚ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਅੱਜ ਹਰ तकरीबन ਤਕਰੀਬਨ ਹਰ ਇੱਕ ਵਾਰ ਸਾਰਿਆਂ ਨੂੰ ਨਹੀਂ ਕਹਿੰਦਾ ਮੈਜੋਰਟੀ ਕਾਂਗਰਸੀ ਐਮ ਐਲ ਏ ਮੈਜੋਰਟੀ ਕਾਂਗਰਸ ਕੌਂਸਲਰ ਆਪਣੇ ਜਿਹੜੀਆਂ ਵੈਂਦੀ ਵੈਂਦੀ ਗੱਗਾਂ 'ਚ ਹੱਥੋਂ ਢੋ ਰਹੇ ਨੇ ਤੇ ਪੰਜਾਬ ਨੂੰ ਦੋਹੀ ਹੱਥੀ ਲੁੱਟ ਰਹੇ ਨੇ ਸੋ ਪੰਜਾਬ ਅੱਜ ਕਾਲੀਆਂ ਕੋਲੋਂ ਪਰੇਸ਼ਾਨ ਹੈ ਕਿਉਂਕਿ ਜੋ ਉਹਨਾਂ ਨੇ ਪਿਛਲੇ 10 ਸਾਲ ਕੀਤਾ ਜਿਨ੍ਹਾਂ ਨੂੰ ਕਾਂਗਰਸ ਨੇ ਅੱਗੇ ਜਾਰੀ ਰੱਖਿਆ ਹੈਗਾ ਜਿਸ ਤਰ੍ਹਾਂ ਉਹਨੇ ਪੰਜਾਬ ਦੇ ਸਾਧਨਾਂ ਸਰੋਤਾਂ 'ਤੇ ਲੁੱਟ ਕੀਤੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਕੁੱਟਿਆ ਚਟਿਆ ਚੁੰਡਿਆ ਔਰ ਜਿਵੇਂ ਕਾਂਗਰਸ ਨੇ ਪਿਛਲੇ ਪਹਿਲਾਂ 5 ਸਾਲ ਚ ਪਿਛਲੇ ਪਿਛਲੀ ਟਰਮ ਚ ਘਟ ਸੀਗਾ ਪਰ ਜੋ ਹੁਣ ਜੋ ਜਿਸ ਤਰ੍ਹਾਂ ਪੰਜਾਬ ਨੂੰ ਲੁੱਟ ਰਹੇ ਨੇ ਦੋਹੀ ਹੱਥੀ ਲੁੱਟ ਰਹੇ ਨੇ ਔਰ ਪੰਜਾਬ ਚ ਜਿਸ ਤਰ੍ਹਾਂ ਸ਼ਰਾਬ ਦਾ ਮਾਫੀਆ ਨਸ਼ਾ ਮਾਫੀਆ ਸ਼ਰਾਬ ਮਾਫੀਆ ਜਾਂ ਬਾਕੀ ਮਾਫੀਆ ਰਿੱਤਾ ਬਜਰੀ ਮਾਫੀਆ ਸਾਰੇ ਜੋ ਕਾਲੇ ਧੰਦੇ ਅੱਜ ਕਾਂਗਰਸ ਸਰਪ੍ਰਸਤੀਏਟ ਹੋ ਰਹੇ ਨੇ ਜਿਸ ਤਰ੍ਹਾਂ ਅੱਜ ਪੁਲਿਸ ਜੇ ਬਿਊਰੋਕ੍ਰੇਸੀ ਪੰਜਾਬ ਚ ਲਾ ਰਹੀ ਹੈ ਔਰ ਜਿਹੜੀ ਪੋਲੀਟੀਕਲ ਸਿਆਸੀ ਲੀਡਰਸ਼ਿਪ ਹੈ ਉਹ ਬਿਲਕੁਲ ਹੀ ਉਹ ਕਮਰਜ ਦੁਬਕੀ ਬੈਠੀ ਹੈਗੀ ਹੈ ਉਹ ਅੱਜ ਮਹਿਲਾ ਜੋ ਬਾਹਰ ਨਹੀਂ ਨਿਕਲ ਰਹੀ ਹੈਗੀ ਹੈ ਉਹ ਅੱਜ ਆਪਣੇ ਆਰਾਮਗਾਹਾਂ ਚ ਬੈਠੀ ਹੈਗੀ ਹੈ ਔਰ ਪੰਜਾਬ ਸਿੱਧੇ ਸਿੱਧੇ ਰੂਪ ਵਿੱਚ ਚਾਹੇ ਉਹ ਚੀਫ ਸਕੱਟਰੀ ਹੈਗੇ ਚਾਹੇ ਉਹ ਪੰਜਾਬ ਦੇ ਡੀਜੀਪੀ ਹੈਗੇ ਆ ਜੋ ਸੈਂਟਰ ਦੇ ਰਾਹੀਂ ਜੋ ਪੰਜਾਬ ਚਲਾਇਆ ਜਾ ਰਿਹਾ ਹੈਗਾ ਉਹ ਜੋ ਪੰਜਾਬ ਦੇ ਲੋਕਾਂ ਦੀਆਂ ਜੋ ਆਕੰਸ਼ਾਵਾਂ ਹੈਗੀਆਂ ਜਿਵੇਂ ਉਹਦਾ ਘਾਣ ਹੋ ਰਿਹਾ ਹੈਗਾ ਅਜਿਹੇ ਮਾਹੌਲ ਵਿੱਚ ਅੱਜ ਜੋ ਪੰਜਾਬ ਹੈਗਾ ਹੈ ਔਰ ਉਹ ਚੋ ਕਾਲੀਆਂ ਦਾ ਜੋ ਲੋਕਾਂ ਦੀ ਬੇਰੁਖੀ ਹੈ ਬੇਦਿਲੀ ਹੈਗੀ ਉਹ ਵੀ ਜਗਜਾਹਰ ਹੈ ਜੋ ਕਾਂਗਰਸ ਪਤੀ ਬੇਰੁਖੀ ਹੈ ਬੇਦਿਲੀ ਹੈ ਉਹ ਵੀ ਜਗਜਾਹਰ ਹੈ ਜੋ ਆਮ ਆਦਮੀ ਪਾਰਟੀ ਪਤੀ ਅਵਿਸ਼ਵਾਸ ਹੈਗਾ ਹੈ ਔਰ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਇਲੈਕਸ਼ਨਾਂ ਦੌਰਾਨ ਲੋਕਾਂ ਦੀਆਂ ਆਕੰਸ਼ਾਵਾਂ ਦੇ ਪਾਣੀ ਫੇਰਿਆ ਔਰ ਜਿਸ ਤਰ੍ਹਾਂ ਜੋ ਨਿਗਾਰ ਇਹਨਾਂ ਨੇ ਦਿਖਾਇਆ ਉਸ ਤੋਂ ਬਾਅਦ ਅੱਜ ਪੰਜਾਬ ਇੱਕ ਵਾਰ ਫਿਰ ਚਰਾਹੇ ਤੇ ਖੜਾ ਹੈਗਾ ਕਿ ਹੁਣ ਕਿੱਧਰ ਨੂੰ ਤੇ ਮੇਰਾ ਖਿਆਲ ਹੈ ਕਿ ਜੇਕਰ ਕਿਸਾਨੀ ਜੋ ਇੱਕ ਸੰਘਰਸ਼ ਹੈਗਾ ਇਸ ਦੇ ਵਿੱਚੋਂ ਜੇ ਕੋਈ ਇੱਕ ਤੇਰ ਉੱਪਰ ਦੀ ਹੈਗੀ ਹੈ ਜਿਹਦੇ ਚ ਮੈਨ ਲੱਗਦਾ ਕਿ ਰਾਜੇਵਾਲ ਸਾਹਿਬ ਡੱਲੇਵਾਲ ਸਾਹਿਬ ਤੇ ਹਰਮੀਤ ਕਾਦੀਆਂ ਹੋਣੀ ਇੱਕ ਇੱਕ ਜਿਹੜੀ ਸੈਂਟਰਿਸਟ ਤੇ ਰਹਿ ਗਈ ਹੈ ਜਾਂ ਜਮਹੂਰੀ ਤੇ ਰਹਿ ਗਈ ਹੈ ਤਾਂ ਦੂਜੇ ਪਾਸੇ ਜਿਹੜੀ ਖੱਬੇ ਪੱਖੀ ਧਿਰਾਂ ਨੂੰ ਇੱਕ ਦੋ ਧਿਰਾਂ ਨੂੰ ਛੱਡ ਕੇ ਖਾਸ ਤੌਰ ਤੇ ਮੈਂ ਕਹਿੰਦਾ ਉਹਨਾਂ ਨੂੰ ਵੀ ਮੈਂ ਤਾਂ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਪਾਰਲੀਮੈਂਟੀ ਸਿਆਸਤ ਦਾ ਜਿਹੜਾ ਇਹ ਪੈਤੜਾ ਹੈਗਾ ਹੈ ਆਪਣਾ ਜਿਹੜਾ ਪੁਰਾਣਾ ਰੁਖ ਹੈਗਾ ਉਹ ਬਦਲਣਾ ਚਾਹੀਦਾ ਹੈਗਾ ਤੇ ਪੰਜਾਬ ਚ ਜੋ ਸਿਆਸੀ ਉਤਲ ਪੁਤਲ ਹੋਈ ਹੈ ਇਹਨਾਂ ਕਿਸਾਨ ਸੰਘਰਸ਼ ਨੂੰ ਲੈ ਕੇ ਉਦੋਂ ਬਾਅਦ ਜੋ ਸਿਆਸੀ ਮਾਹੌਲ ਬਣਿਆ ਹੈਗਾ ਔਰ ਜੋ ਅਜ ਆਪ ਵਿੱਚ ਲੋਕਾਂ ਲੋਕਾਂ 'ਚ ਨਿਰਾਸ਼ਤਾ ਹੈਗੀ ਹੈ ਬੇਵਸੀ ਦਾ ਆਲਮ ਹੈਗਾ ਉਸ ਦੀ ਰੋਸ਼ਨੀ ਵਿੱਚ ਇਹਨਾਂ ਦੀ ਜਿਹੜੀ ਆਪਣੀ ਉਗਰਾਹਾਂ ਤੇ ਰਹਿ ਗਈ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਆਪਣਾ ਪ੍ਰਾਣਾ ਜੋ ਵੋਟਾਂ ਜਿੱਸਾ ਨਾ ਲੈਣ ਦਾ ਜੋ ਉਹਨਾਂ ਦਾ ਇੱਕ ਸਟੈਂਡ ਹੈਗਾ ਉਹ ਤੇ ਉਹਨਾਂ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ ਔਰ ਉਹਨਾਂ ਤੇ ਪ੍ਰੈਸ਼ਰ ਵੀ ਬਣ ਰਿਹਾ ਉਹਨਾਂ ਦੇ ਆਪਣੇ ਕਾਡਰ ਵੱਲੋਂ ਕਿ ਆਪ ਇਹਨਾਂ ਸਾਰਾ ਸਾਰਾ ਸਾਲਿਆਂ ਦਾ ਖਰਾਬ ਲੜਦੇ ਆ 5 ਸਾਲ ਲੜਦੇ ਆ ਤੇ ਬਾਅਦ 'ਚ ਆਪਣੇ ਕਾਡਰ ਨੂੰ ਇਹਨਾਂ ਦੇ ਹੱਕ ਦੇ ਭਕ ਕਿਸੇ ਨਾ ਕਿਸ ਤਰ੍ਹਾਂ ਭੁਗਤ ਜਾਂਦਾ ਸਾਡਾ ਕਾਡਰ ਸਾਨੂੰ ਆਪਣੀ ਸਿਆਸੀ ਜਿਹੜਾ ਬਣ ਹੈਗਾ ਸਿਆਸੀ ਜਿਹੜੀ ਜ਼ਮੀਨ ਹੈਗੀ ਹੈ ਉਹ ਤਲਾਸ਼ ਸਾਡੇ ਕੋਲ ਹੈਗੀ ਹੈ ਸਾਨੂੰ ਆਪਣੀ ਸਿਆਸੀ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਮੌਜੂਦਾ ਪੰਜਾਬ ਦੇ ਦ੍ਰਿਸ਼ ਵਿੱਚ ਜਾਂ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਦੀ ਪ੍ਰੈਸ਼ਰ ਬਣ ਰਿਹਾ ਹੈਗਾ ਤੇ ਮੈਨੂੰ ਲੱਗਦਾ ਕਿ ਜੇਕਰ ਇੱਕ ਕਿਸਾਨ ਮੋਰਚਾ ਸਕਾਮਯਾਬ ਹੋਵੇ ਕਟਕਾਮਯਾਬ ਹੋਵੇ ਵੱਧ ਕਾਮਯਾਬ ਹੋਵੇ ਨਾ ਕਾਮਯਾਬ ਹੋਵੇ ਹਰ ਹਾਲਤ ਵਿੱਚ ਅੱਜ ਪੰਜਾਬ ਜੇ ਕੋਈ ਆਸ ਦੀ ਕਿਰਨ ਨਜ਼ਰ ਆਂਦੀ ਹੈ ਨਾ ਨਾ ਤਾਂ ਪੰਥਕ ਸਿਆਸਤ ਤੋਂ ਨਜ਼ਰ ਆਂਦੀ ਹੈ ਨਾ ਆਕਾਲੀ ਸਿਆਸਤ ਤੋਂ ਨਾ ਕਾਂਗਰਸੀ ਸਿਆਸਤ ਤੋਂ ਨਾ ਆਪ ਦੀ ਸਿਆਸਤ ਤੋਂ ਮੈਂ ਸਮਝਦਾ ਕਿ ਜਿਹੜੀਆਂ ਕਿਸਾਨ ਤੇ ਰਹੇ ਗਿਆ ਇਹਨਾਂ ਨੂੰ ਆਪਣੇ ਨਿੱਕੇ ਮਿੱٹے ਮੋٹے ಮತ ਪੇਡਾਂ ਦੇ ਬਾਵਜੂਦ ਇੱਕ ਚਾਹੇ ਦਾ ਦੋ ਫਰੰਟ ਬਣਾ ਲੈਣ ਜਿਹਦੇ ਚੋਂ ਇੱਕ ਤਾਂ ਮਤਲਬ ਖੱਬੇ ਪੱਖਿਆਂ ਦਾ ਫਰੰਟ ਹੈ ਜਿਹਦੇ ਚੋਂ ਲਿਬਰੇਸ਼ਨ ਵਾਲੇ ਆਪਣਾ ਰੂਲ ਸਿੰਘ ਮਾਨਸਾ ਤੇ ਜਿਹੜੇ ਹੈਗੇ ਆਪਣੇ ਅ ਤੇ ਲਿਬਰੇਸ਼ਨ ਵਾਲੇ ਤੇ ਇੱਕ ਨਿਊ ਡੈਮੋਕ੍ਰੇਸੀ ਵਾਲੇ ਜਿਹੜੇ ਦੋਸਤ ਹੈਗੇ ਆ ਉਹ ਤਾਂ ਪਹਿਲੇ ਇਲੈਕਸ਼ਨ ਲੜਦੇ ਹੈਗੇ ਆ ਜਿਨ੍ਹਾਂ ਚਾ ਐਂ ਐਂ ਕਲਾਬੀ ਸਾਡਾ ਰਾਹ ਵਾਲੇ ਹੈਗੇ ਆ ਤੇ ਦੂਜੇ ਪਾਸੇ ਜਿਹੜੀ ਮਤਲਬ ਕੁਝ ਧਿਰਾਂ ਡੀ ਇਲੈਕਸ਼ਨ ਨਹੀਂ ਲੜਦੀਆਂ ਉਹਨਾਂ ਨੂੰ ਵੀ ਇਸ ਪਾਸੇ ਸੋਚਣਾ ਚਾਹੀਦਾ ਕਿਉਂਕਿ ਜੇ ਟੈਕਟਿਕ ਦਾ ਮਾਮਲਾ ਜੇ ਇੱਕ ਰਣਨੀਤੀ ਦਾ ਮਾਮਲਾ ਹੈਗਾ ਯੁੱਧ ਦਾ ਪੇਜ ਦਾ ਮਾਮਲਾ ਹੈਗਾ ਤਾਂ ਹੁਣ ਦੇ ਦਾ ਪੇਜ ਨਹੀਂ ਵਰਤਣਾ ਜਦੋਂ ਸਾਰਾ ਪੰਜਾਬ ਉੱਠ ਖੜਾ ਹੋਇਆ ਹੈਗਾ ਮੌਜੂਦਾ ਸਥਾਪਤੀਆਂ ਦੇ ਖਿਲਾਫ ਸਥਾਪਤ ਪਾਰਟੀ ਖਿਲਾਫ ਤਾਂ ਜੇ ਹੁਣ ਇਹ ਚੋਣਾਂ ਦਾ ਪੇਜ ਨਹੀਂ ਵਰਤਣਾ ਫਿਰ ਇਹ ਕਾਹਨੂੰ ਵਰਤਣਾ ਕਦੋਂ ਵਰਤਣਾ ਹੈਗਾ ਉਹਨਾਂ ਨੂੰ ਇਸ ਪਾਸੇ ਜ਼ਰੂਰ ਗੌਰ ਕਰਨਾ ਚਾਹੀਦਾ ਮੈਂ ਤਾਂ ਸਲਾਹ ਦੇ ਸਕਦਾ ਬਾਹਰ ਬੈਠਾ ਹੈਗਾ ਬਾਕੀ ਨਾਲ ਜਥੇਬੰ ਪੰਜਾਬ ਦੀ ਜਿਹੜੇ ਵਿਆਪਕ ਖੇਤ ਹੈ ਉਹਨਾਂ ਦੀ ਖਾਤਿਰ ਉਹਨਾਂ ਨੂੰ ਜਰੂਰ ਕੋਈ ਨਾ ਕੋਈ ਸਿਆਸੀ ਜਿਹੜਾ ਆਊਟਫਿਟ ਹੈ ਸਿਰ ਸਿਆਸੀ ਜਥੇਬੰਦੀ ਹੈ ਉਹ ਲਾਂਚ ਕਰਨੀ ਚਾਹੀਦੀ ਹੈਗੀ ਹੈ ਤਾਂ ਜੋ ਪੰਜਾਬ ਦੇ ਲੋਕੀ ਸਹੀ ਦਿਸ਼ਾ ਵੱਲ ਜਾਂ ਸਹੀ ਸਿਆਸਤ ਵੱਲ ਉਹ ਬੱਦਸਕਾਂ ਨੂੰ ਲੱਗਦਾ ਹੈ ਕਿ ਚਾਹੇ ਉਹ ਸਿੰਘੂ ਬਾਰਡਰ ਐਟਕਰੀ ਬਾਰਡਰ ਹੈ ਜਿੱਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਥੋਂ ਇੱਕ ਸਿਆਸੀ ਪਾਰਟੀ ਬਣ ਕੇ ਪੰਜਾਬ ਚ ਆਉਣੀ ਚਾਹੀਦੀ ਹੈ 2022 ਦੀਆਂ ਇਲੈਕਸ਼ਨਾਂ ਲੜਨ ਵਾਸਤੇ ਹਾਂ ਉੱਥੇ ਬਣ ਜਾਵੇ ਜਾਂ ਆਂਤ ਬਾਦ ਸੰਘਰਸ਼ ਦੇ ਕੰਕਲੂਡ ਹੋਣ ਤੋਂ ਬਾਅਦ ਫੌਰੀ ਬਣ ਜਾਵੇ ਇਹਨਾਂ ਜੱਥੇਬੰਦੀਆਂ ਦਾ ਕੋਈ ਕੋਈ ਸਿਆਸੀ ਤਾਣਾ ਵਾਣਾ ਸਾਰਨਾ ਹੈਗਾ ਜਾਂ ਸਟਰਕਚਰ ਸਾਰਨਾ ਇਹਨਾਂ ਕੋਲ ਸਟਰਕਚਰ ਉਸਰੇਆ ਪਿਆ ਹੈਗਾ ਇਹਨਾਂ ਦਾ ਸਨੇਹਾ ਜਾ ਚੁੱਕਿਆ ਹੈਗਾ ਜਿਵੇਂ ਆਵਾ ਦੀ ਪਾਰਟੀ ਵਰਗੀ ਹਵਾ ਹੈਗੀ ਹੈ ਇਹਨਾਂ ਦੀ ਬਣ ਚੁੱਕੀ ਹੈਗੀ ਹੈ ਜੋ ਸਤਾਰਾਂ ਆਵਾ ਦੀ ਹਵਾ ਸੀਗੀ ਇਲੈਕਸ਼ਨ ਹਵਾ ਨਾਲ ਜਿੱਤੇ ਜਾਂਦੇ ਆ ਕੋਈ ਇੰਡੀਵਿਜੂਅਲ ਬੰਦੇ ਨਾਲ ਇਲੈਕਸ਼ਨ ਜਿੱਤੇ ਨਹੀਂ ਜਾਂਦੇ ਹੈਗੇ ਉਨ ਜੇ ਮੈਂ ਆਪਣੀ ਐਗਜ਼ਾਮਪਲ ਦੇਣੀ ਹੋਵੇ ਕਿ ਮੈਂ 14 ਚ ਜੀਐਮਪੀ ਬਣਿਆ ਹੈਗਾ ਤਾਂ ਉਹ ਚ ਕੁਝ ਰੋਲ ਮੇਰਾ ਸੀਗਾ ਕੁਝ ਵੱਡਾ ਰੋਲ ਆਮ ਆਦੀ ਪਾਰਟੀ ਦਾ ਸੀਗਾ ਜੇ ਆਮ ਆਦੀ ਪਾਰਟੀ ਕੋਲ ਗਾਂਧੀ ਨਾ ਹੁੰਦਾ ਤਾਂ ਵੀ ਚੋਣ ਨਹੀਂ ਚਿੱਤੀ ਜਾਂਦੀ ਜੇ ਗਾਂਧੀ ਕੋਲ ਆਮ ਆਦੀ ਪਾਰਟੀ ਦਾ ਝੰਡਾ ਨਾ ਹੁੰਦਾ ਤਾਂ ਵੀ ਚੋਣ ਨਹੀਂ ਜਿੱਤੀ ਨਹੀਂ ਜਾਂਦੀ ਸੋ ਐਸ ਵੇਲੇ ਇਹਨਾਂ ਕੋਲ ਉਸ ਵੇਲੇ ਜਿਹੜੀ ਹਵਾ ਸੀਗੀ ਅੱਜ ਹਵਾ ਹੈਗੀ ਹੈ ਅੱਜ ਜੋ ਹਵਾ ਹੈਗੀ ਹੈ ਉਹ ਕਿਸਾਨੀ ਸੰਘਰਸ਼ ਦੇ ਜੋ ਲੀਡਰ ਹੈਗੇ ਆ ਉਹਨਾਂ ਦੇ ਹੱਥ ਹੈਗੀ ਹੈ ਉਹਨਾਂ ਦੇ ਹੱਕ ਵਿੱਚ ਹੈਗੀ ਹੈ ਤੇ ਸਵਾ ਨੂੰ ਵਰਤਣਾ ਚਾਹੀਦਾ ਹੈਗਾ ਤੇ ਇਤਿਹਾਸਿਕ ਮੌਕਾ ਹੈਗਾ ਜੇ ਖੁੰਝ ਗਏ ਤਾਂ ਆਉਣ ਬਲੇ ਸਮੇਂ ਚ ਮਤਲਬ ਆਪਾਂ ਜਿਹੜੀ ਪਾਰਲੀਮੈਂਟ ਦੀ ਸਿਆਸਤ ਹੈ ਇਹ ਜੋ ਤਕਰੀਬਨ ਤਕਰੀਬਨ ਆ ਪਰਸੰਗਿਕ ਹੋ ਜਾਵਾਂਗੇ ਕਿਉਂਕਿ ਅੱਜ ਲੋਕਾਂ ਦੀ ਇੱਛਾ ਵੀ ਹੈਗੀ ਹੈ ਔਰ ਲੋਕੀ ਤਿਆਰ ਵੀ ਹੈਗੀ ਹੈ ਜੇ ਅੱਜ ਆਪਾਂ ਨਹੀਂ ਇਸ ਪਾਸੇ ਕਦਮ ਚੁੱਕਦੇ ਤਾਂ ਇਹ ਮਾੜੀ ਗੱਲ ਹੋਊਗੀ ਜੇ ਕਿਸਾਨਾਂ ਦੀ ਪਾਰਟੀ ਉੱਥੋਂ ਬਣ ਕੇ ਆਉਂਦੀ ਹੈ ਤਾਂ ਕੀ ਡਾਕਟਰ ਗਾਂਧੀ ਉਹਨਾਂ ਦੀ ਸਪੋਰਟ ਕਰਨਗੇ ਬਿਲਕੁਲ ਲਾਜ਼ਮੀ ਤੌਰ ਤੇ ਸਗੋਂ ਮੈਂ ਜੇ ਕਿਸ ਦੀ ਮਦਦ ਕਰੂੰਗਾ ਤਾਂ ਮੈਂ ਆਮ ਆਦਿ ਜੇ ਤਾਂ ਜਿਹੜੀ ਆਮ ਆਦੀ ਪਾਰਟੀ ਦੀ ਨਹੀਂ ਕਰਦਾ ਮੈਂ ਕਾਂਗਰਸ ਨਹੀਂ ਕਰਦਾ ਕਾਲੀ ਦੀ ਨਹੀਂ ਕਰਦਾ ਕਿਸੇ ਹੋਰ ਧਿਰ ਦੀ ਨਹੀਂ ਕਰਦਾ ਹੈਗਾ ਜੇ ਮੈਂ ਮਦਦ ਕਰ ਸਕਦਾ ਹੈਗਾ ਜ ਸਰਮਾਇਦਰ ਵਿਰੋਧੀ ਤੇ ਐਂਟੀ ਫਾਸ਼ਿਸਟ ਫਾਸ਼ੀਵਾਦ ਵਿਰੋਧੀ ਜੇ ਕੋ ਧਿਰ ਦਾ ਰੋਲ ਹੈਗਾ ਪੰਜਾਬ ਚ ਔਰ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਵਾਸਤੇ ਤਾਂ ਉਹ ਉਹ ਇੱਕਸਾਂ ਧਿਰਾਂ ਦਾ ਹੈਗਾ ਚਾਹੇ ਉਹਨਾਂ ਨਾਲ ਮੇਰੀ ਨਿੱਜੀ ਤੌਰ ਤੇ ਕੀ ਨਾ ਮਤਭੇਦ ਵੀ ਹੋਣ ਤਾਂ ਵੀ ਮੈਂ ਮੋਹਰੇ ਹੋ ਕੇ ਇਹਨਾਂ ਜੋ ਕਿਸਾਨ ਦੇ ਕਿਸਾਨ ਜਥੇਬੰਦੀਆਂ ਜੋ ਜੋ ਸਿਆਸੀ ਪਾਰਟੀ ਉੱਭਰੂਗੀ ਉਹਦੀ ਮੈਂ ਮਦਦ ਕਰੂੰਗਾ ਉਹਨਾਂ ਨਾਲ ਖੜੂੰਗਾ ਉਹਨਾਂ ਦੀ ਹਰ ਹਾਲਤੇ ਮੈਂ ਹਰ ਹਰ ਤਰ੍ਹਾਂ ਉਹਨਾਂ ਦੀ ਸਹਾਇਤਾ ਕਰੂੰਗਾ ਜੇਕਰ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀ ਨਹੀਂ ਬਣਾਉਂਦੀਆਂ ਤਾ ਪੰਜਾਬ ਦੇ ਲੋਕਾਂ ਕੋਲ ਬਦਲਦੇ ਰੂਪ ਚ ਕਿਹੜੀ ਪਾਰਟੀ ਹੈ ਜਿਹਨੂੰ ਉਹ ਯਕੀਨ ਦਿਵਾ ਕੇ ਜਿਹਦੇ ਤੇ ਭਰੋਸਾ ਕਰਕੇ ਉਹਨੂੰ ਸੱਤਾ ਦਵਾ ਸਕਦੇ ਅਜੇ ਕੋਈ ਨਹੀਂ ਅਜੇ ਕੋਈ ਮੇਰੇ ਕੋਲ ਤਾਂ ਕੋਟੋ ਕੋਟ ਕੋਈ ਨਹੀਂ ਹੈਗੀ ਮੈਂ ਤਾਂ ਮੈਨੂੰ ਤਾਂ ਕੋਈ ਵੀ ਬੰਦਾ ਵੀ ਚਾਹੇ ਕੋਈ ਇੰਡੀਵਿਜੂਅਲ ਬੰਦਾ ਚਾਹੇ ਕੋਈ ਸਿਆਸੀ ਪਾਰਟੀ ਮੈਨੂੰ ਉਸ ਪਾਇ ਦੀ ਨਹੀਂ ਲੱਗਦੀ ਜਿਹੜੀ ਪੰਜਾਬ ਦੇ ਮੌਜੂਦਾ ਸੰਕਟ ਨੂੰ ਜਿਹੜਾ ਕਰਜ਼ੇ ਦਾ ਕਰਜ਼ੇ ਦਾ ਸੰਕਟ ਹੈ 282000 ਕਰੋੜ 282000 ਕਰੋੜ ਦਾ ਪੰਜਾਬ ਕਰਜ਼ਾਈ ਹੈਗਾ ਸੋ ਇਸ ਪੰਜਾਬ ਚ ਕੋਈ ਜਿੰਨਾ ਮਰਜੀ ਦਾਅਵੇ ਵਾਅਦੇ ਕਰ ਲਵੇ ਕੋਈ ਦਮਗੇ ਜੇ ਮਾਰ ਲਵੇ ਕੋਈ ਸਭ ਜਵਾਬ ਦਿਖਾ ਲਵੇ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਇੰਨਾ ਕਰਜ਼ਾਈ ਪੰਜਾਬ ਨਾ ਵਿਦਿਆ ਨਾ ਸਿਹਤ ਨਾ ਰੁਜ਼ਗਾਰ ਨਾ ਕਿਸਾਨੀ ਸੰਕਟ ਨਾ ਵਾਤਾਵਰਨ ਦਾ ਸੰਕਟ ਨਾ ਕੋਈ ਵੀ ਸੰਕਟ ਹੱਲ ਕਰਨ ਦੇ ਕਾਬਿਲ ਨਹੀਂ ਹੈਗਾ ਜਦ ਤੱਕ ਪੰਜਾਬ ਨੂੰ ਬਹੁਤ ਵੱਡੀਆਂ ਜਿਹੜੇ ਤਬਦੀਲੀਆਂ ਹੈਗੀਆਂ ਪੰਜਾਬ ਦੀ ਸਿਆਸਤ ਵਿੱਚ ਵੀ ਪੰਜਾਬ ਦੀ ਆਰਥਿਕਤਾ ਵਿੱਚ ਵੀ ਸਭ ਤੋਂ ਵੱਡੀ ਤਬਦੀਲੀ ਹੈ ਕਿ ਪੰਜਾਬ ਕੋਲ ਫੰਡ ਹੀ ਨਹੀਂ ਹੈਗੇ ਪੰਜਾਬ ਕੋਲ ਪੈਸਾ ਹੀ ਨਹੀਂ ਹੈਗਾ ਪੰਜਾਬ ਕੋਲ ਦੋ ਟੈਕਸ ਰਹਿ ਗਏ ਇੱਕ ਸ਼ਰਾਬ ਤੇ ਇੱਕ ਪੈਟਰੋਲ ਤੇ ਬਾਕੀ ਸਾਰੇ ਟੈਕਸ ਕੇਂਦਰ ਲੈ ਗਿਆ ਪੰਜਾਬ ਦੀ ਵਿਦਿਆ ਪੰਜਾਬ ਦੀ ਸਿਹਤ ਪੰਜਾਬ ਦਾ ਰੁਜ਼ਗਾਰ ਸਭ ਕੁਝ ਸਿਹਤ ਐਨਆਰਐਚਮ ਐਜੂਕੇਸ਼ਨ ਐਚਆਰਡੀ ਮਿਨਿਸਟਰੀ ਸਾਰਾ ਕੁਝ ਸੈਂਟਰ ਕੋਲ ਹੈਗਾ ਪੰਜਾਬ ਤਾਂ ਕੁਝ ਕਰਨ ਦੇ ਕਾਬਿਲ ਰਾਜ ਤਾਂ ਸਾਰੇ ਹੀ ਨਹੀਂ ਪਰ ਪੰਜਾਬ ਖਾਸ ਤੌਰ ਤੇ ਜਿੰਨਾ ਜਿੰਨੇ ਸਕਟਾ ਜੋ ਘਿਰਿਆ ਹੋਇਆ ਉਹਦੇ ਚ ਆਪਣੇ ਲੋਕਾਂ ਨੂੰ ਰਾਹਤ ਦੇਣ ਦੇ ਕਾਬਿਲ ਨਹੀਂ ਹੈ ਜਦ ਤੱਕ ਪੰਜਾਬ ਨੂੰ ਖਾਸ ਤੌਰ ਤੇ ਮੈਂ ਇੱਕ بار بار ਗੱਲ ਕਹਿੰਦਾ ਕਿ ਜਦੋਂ ਤੱਕ ਪੰਜਾਬ ਨੂੰ ਪਾਕਿਸਤਾਨ ਨਾਲ ਅਮਨ ਸ਼ਾਂਤੀ ਦੇ ਵਪਾਰ ਦਾ ਰਸਤਾ ਨਹੀਂ ਖੁੱਲਦਾ ਹੈਗਾ ਔਰ ਸਾਡੇ ਤਿੰਨੇ ਬਾਰਡਰ ਬਾਗਾ ਵੀ ਸੈਣੀ ਵਾਲਾ ਵੀ ਤੇ ਅਟਾਰੀ ਵੀ ਇਹ ਤਿੰਨੇ ਬਾਰਡਰ ਨਹੀਂ ਖੁੱਲਦੇ ਤੇ ਪੰਜਾਬ ਨੂੰ ਥਰੂ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਸੀਪੀਈਸੀ ਰਾਹੀਂ ਗਵਾਦਰ ਸੀਪੋਰਟ ਤੱਕ ਪਹੁੰਚ ਨਹੀਂ ਮਿਲਦੀ ਤੇ ਗਵਾਦਰ ਸੀਪੋਰਟ ਰਾਹੀਂ সেন্ট্রਲ ਏਸ਼ੀਆ ਤੇ ਮਿਡਲ ਈਸਟ ਨਾਲ ਸਾਡਾ 20 30 ਮਿਲਕਾਂ ਨਾ ਵਪਾਰ ਨਹੀਂ ਸ਼ੁਰੂ ਹੁੰਦਾ ਜਿਹਨੇ ਸਾਡਾ ਵਪਾਰੀ ਵੀ ਕੰਮ ਲਾ ਦੇਣਾ ਸਾਡਾ ਨਜਵਾਨ ਨੌਜਵਾਨ ਵੀ ਕੰਮ ਲਾ ਸਾਡੇ ਕਿਸਾਨੀ ਦਾ ਵੀ ਜਿਹੜੀ ਮਤਲਬ ਉਤਪਾਦ ਹੈ ਉਹਨਾਂ ਵਾਸਤੇ ਸਹੀ ਮਾਰਕੀਟ ਮਿਲੂਗੀ ਤੇ ਉਦੋਂ ਤੱਕ ਜਿਹੜਾ ਪੰਜਾਬ ਦੀ ਸੰਕਟਾਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੈ ਜਾਂ ਫਿਰ ਸੈਂਟਰ ਪੰਜਾਬ ਦੇ ਪਾਣਿਆਂ ਮੁਆਵਜ਼ਾ ਦੇਵੇ 2.5 ਤਿੰਨ ਚਾਰ ਲੱਖ ਕਰੋੜ ਰੁਪਏ ਘੱਟੋ-ਘੱਟ ਹਾਲਾਂਕਿ 30-32 ਲੱਖ ਕਰੋੜ ਬੰਦਾ ਆਇਆ ਪਿਛਲੇ 50 ਸਾਲਾਂ ਦਾ ਉਹਦੇ ਨਾਲ ਆਪਾਂ ਡ੍ਰਿਪ ਸਿਸਟਮ ਸ਼ੁਰੂ ਕਰੀਏ ਸਿੰਪਰਿੰਕਲਿੰਗ ਸਿਸਟਮ ਸ਼ੁਰੂ ਕਰੀਏ ਪੰਜਾਬ ਦੀ ਖੇਤੀ ਦਾ ਪੈਟਰਨ ਬਦਲੀਏ ਲੋਕਾਂ ਦੀ ਲੋਕਾਂ ਨੂੰ ਮਤ ਦੀ ਸਬਜ਼ੀ ਦੀ ਖੇਤੀ ਸ਼ੁਰੂ ਕਰਾਈਏ ਤੇ ਉਹਨਾਂ ਨੂੰ ਮਾਰਕੀਟ ਮਿਲੇਗਾ ਟਰਾਂਸਪੋਰਟ ਚੇਨ ਬਣੇ ਜਿਹੜੀ ਕਜੇਰੀ ਸਰਕਾਰ ਕਾਰਪਟਾਥਾਂ ਦੇ ਕੇ ਕਰਵਾਉਣ ਨੂੰ ਫਿਰਦੀ ਹੈ ਉਹ ਸਰਕਾਰ ਆਪਣੇ ਹੱਥਾਂ 'ਚ ਲਵੇ ਸਾਰੇ ਕਾਸੇ ਨੂੰ ਤੇ ਕਿਸਾਨੀ ਨੂੰ ਇੱਕ ਕੋਆਪਰੇਟਿਵ ਫਾਰਮਿੰਗ ਵੱਲ ਉਤਸ਼ਾਹਤ ਕਰੇ ਇਨਸੈਂਟਾਈਜ਼ ਕਰੇ ਇਨਸੈਂਸ ਇਨਸੈਂਟਿਵ ਦੇਵੇ ਤੇ ਉਹਨਾਂ ਨੂੰ ਸਪੋਰਟ ਦੇਵੇ ਤਾਂ ਕਿ ਉਹ ਕੰਪੀਟੀਟਿਵ ਹੋ ਕੇ ਉਹ ਕੋਆਪਰੇਟ ਸੈਕਟਰ ਨੂੰ ਮੁਕਾਬਲਾ ਕਰਕੇ ਆਪਣੀ ਜਿਹੜੀ ਜਿਹੜੀ ਜ਼ਿੰਦਗੀ ਹੈਗੀ ਹੈ ਉਹਨੂੰ ਸਖਾਲਾ ਕਰ ਸਕਣ ਔਰ ਜ਼ਮੀਨਾਂ ਵੀ ਨਾ ਖੁੱਸਣ ਤੇ ਕਿਸਾਨ ਖੁਸ਼ਹਾਲ ਵੀ ਹੋਵੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਕੀ ਸਥਿਤੀ ਹੈ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਚ ਕਿੱਥੇ ਘੜੀ ਹੈ ਦੇਖੋ ਆਮ ਆਦਮੀ ਪਾਰਟੀ ਦਾ ਪੰਜਾਬ ਚ ਕੋਈ ਮੋਟਾ ਪਿੱਖਵਨ ਨਜ਼ਰ ਨਹੀਂ ਆ ਰਿਹਾ ਹੈਗਾ ਕਈ ਲੋਕ ਕਹਿੰਦੇ ਆ ਕਿ ਟੀਨਾ ਫੈਕਟਰ ਹੈ ਕਿ देयर इज नो ਆਲਟਰਨੇਟਿਵ ਕਿ ਲੋਕੀ ਕਾਂਗਰਸ ਤੋਂ ਅੱਕੇ ਹੋਏ ਲੋਕੀ ਲੋਕੀ ਅਕਾਲੀਆ ਤੋਂ ਅੱਕੇ ਹੋਏ ਭਾਜਪਾ ਤੋਂ ਅੱਕੇ ਹੋਏ ਆਵਾ ਦੀ ਪਾਰਟੀ ਨੂੰ ਵੋਟਾਂ ਪੈ ਜਾਣਗੀਆਂ ਮੈਂ ਇਹਨੂੰ ਇੰਨਾ ਦਰੁਸਤ ਨਹੀਂ ਸਮਝਦਾ ਹੈਗਾ ਕਿਉਂਕਿ ਮੈਂ ਇਕੱਲਾ ਹੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਮਤਲਬ ਇਹ ਲੋਕਾਂ ਨੇ ਅਜਮਾਈ ਨਹੀਂ ਹੈਗੀ ਹੈ ਮੈਂ ਆਮ ਆਦਮੀ ਦੀ ਪਾਰਟੀ ਨੂੰ ਅਜਮਾ ਚੁੱਕਿਆ ਹੈਗਾ ਔਰ ਦਿੱਲੀ ਦੇ ਲੋਕ ਅਜਮਾ ਚੁੱਕੇ ਹੈਗੇ ਵੋਟਾਂ ਪੈਣੀਆਂ ਅਲੱਗ ਗੱਲ ਹੈ ਦਿੱਲੀ ਦੇ ਲੋਕਾਂ ਨੇ ਜੋ ਆਵਾ ਦੀ ਪਾਰਟੀ ਦਾ 15 ਤੋਂ ਬਾਅਦ ਦਾ ਬਿਹੇਵੀਅਰ ਦੇਖਿਆ ਹੈਗਾ ਔਰ ਖਾਸ ਤੌਰ ਤੇ ਜੋ ਮੌਜੂਦਾ ਜਿਹੜੀ ਐਨ ਆਰ ਸੀ ਐਨ ਐਪੀ ਆਰ ਤੇ ਤੇ ਸੀਏ ਨੇੜੀਆ ਐਂਡ ਜੀਡੀਆ ਐਨ ਆਰ ਸੀ ਐਨ ਪੀ ਆਰ ਤੇ ਜਿਹੜੀ ਸੀਏ ਦੇ ਖਿਲਾਫ ਜੋ ਅੰਦੋਲਨ ਸਿਕਾ ਚਾਹੇ ਸ਼ਹੀਨ ਬਾਗ ਸਿਕਾ ਚਾਹੇ ਉਹ ਜਾਮੀਆ ਸਿਕਾ ਚਾਹੇ ਉਹ ਜੀਐਨਯੂ ਸੇਗਾ ਚਾਹੇ ਕਿ ਨਿਆ ਤੇ ਖਾਲਸ ਦੇ ਕੇਸਾਂ ਦਾ ਮਾਮਲਾ ਸੇਗਾ ਚਾਹੇ ਉਹ ਦਿੱਲੀ ਦੇ ਮੁਸਲਮਾਨਾਂ ਦੇ ਖਿਲਾਫ ਦੰਗੇ ਕਰਾਉਣ ਦਾ ਮਾਮਲਾ ਸੇਗਾ ਉਹਦੇ ਜੋ ਆਮਾਦੀ ਪਾਰਟੀ ਨੇ ਰੁਈਆ اختیار ਕੀਤਾ ਹੈਗਾ ਹੈ ਉਹਦੇ ਚੋ ਆਮਾਦੀ ਪਾਰਟੀ ਜੋ ਸਿਆਸਤ ਹੈਗੀ ਹੈ ਜੋ ਕੇਂਦਰੀਵਾਦੀ ਸਿਆਸਤ ਹੈ ਉਹਦੇ ਬਾਰੇ ਕੋਈ ਪ੍ਰੇਖਾ ਨਹੀਂ ਰਹਿਣ ਦਿੰਦਾ ਜੋ ਹਿੰਦੂਤਵੀ ਸਿਆਸਤ ਹੈ ਜਿਹੜਾ ਕਿ ਸੀਨ ਆਫ ਸੌਫਟ ਹਿੰਦੂ ਹੈ ਇੰਨਾ ਹੀ ਫਰਕ ਹੈ ਕਿ ਕਾਂਗ ਦਾ ਭਾਜਪਾ ਮੰਦਿਰ ਚ ਵੜੀ ਹੋਈ ਹੈ ਰਾਮ ਮੰਦਿਰ ਚ ਤੇ ਹਨੂਮਾਨ ਮੰਦਿਰ ਚ ਹੈਗੇ ਇਹ ਜਿਵੇਂ ਭਾਜਪਾ ਨੇ ਇਹ 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 ਜੱਥੇ ਇਹਨਾਂ ਜੱਥਵਨ ਦੇ ਸੰਘਰਸ਼ ਨੂੰ ਜਾਂ ਮੁਸਲਮਨ ਸੰਘਰਸ਼ ਹੈਗਾ ਜਿਹੜਾ ਕਿ ਸਾਰੇ ਜਮਹੂਰੀ ਲੋਕਾਂ ਦਾ ਸੰਘਰਸ਼ ਹੈਗਾ ਉਹਨੂੰ ਨਕਾਰਿਆ ਉਹਦੇ ਵੱਲ ਪਿੱਠ ਘੁਮਾ ਕੇ ਰੱਖੀ ਹੈਗੀ ਹੈ ਔਰ ਦਿੱਲੀ ਦੰਗਿਆਂ ਦੇ ਪ੍ਰਭਾਵਿਤ ਮੁਸਲਮਨ ਇਲਾਕਿਆਂ ਉਦੋਂ ਤੱਕ ਨਹੀਂ ਗਏ ਜਦੋਂ ਤੱਕ ਹਾਈ ਕੋਰਟ ਨੇ ਫਟਕਾਰ ਨਹੀਂ ਲਗਾਈ ਕਿ ਦਿੱਲੀ ਸਰਕਾਰ ਕਿਉਂ ਨਹੀਂ ਜਾ ਰਹੀ ਉੱਥੇ ਸੋ ਜੋ ਇਹ ਰਵਈਆ ਸੀਗਾ ਇਹਨੇ ਆਮ ਆਦਮੀ ਪਾਰਟੀ ਦਾ ਜੋ ਓਵਰਆਲ ਕੈਰੇਕਟਰ ਹੈਗਾ ਹੈ ਕੇਂਦਰੀਵਾਦੀ ਸਿਆਸਤ ਵਾਲਾ ਤੇ ਹਿੰਦੂ ਤੋਂ ਵੀ ਸਿਆਸਤ ਵਾਲਾ ਮੇਰੇ ਵਾਸਤੇ ਜਾਗਰ ਕਰਤਾ ਮੈਂ ਜੇ ਆਮ ਆਦਮੀ ਪਾਰਟੀ ਦਾ ਬਾਕੀ ਗੱਲਾਂ ਛੱਡੋ ਮੈਂ ਇਸ ਹੀ ਮੇਰੇ ਵਾਸਤੇ ਇਹੀ ਵਿਰੋਧ ਕਰਨ ਨੂੰ ਕਾਫੀ ਹੈ ਕਿ ਇਹ ਪਾਰਟੀ ਜਮਹੂਰੀ ਪਾਰਟੀ ਨਹੀਂ ਹੈ ਇਹ ਪਾਰਟੀ ਬਹੁ ਸੰਕੇਤਵਾਦ ਨੂੰ ਬढ़ावा ਦਿੰਦੀ ਹੈਗੀ ਹੈ ਉਹਦੇ ਉੱਤੇ ਸਿਆਸਤ ਕਰਦੀ ਹੈਗੀ ਹੈ ਇਹ ਉਤੇ ਤੇ ਇੱਕ ਜਿਹੜੀ ਮਤਲਬ ਕਿ ਜਿਹੜੀ ਕੇਂਦਰੀਵਾਦੀ ਸਿਆਸਤ ਹੈ ਜਿਸ ਤਰ੍ਹਾਂ ਕਸ਼ਮੀਰ ਦੇ ਮਾਮਲੇ 'ਚ ਆਪਣੇ ਵਾਸਤੇ ਤਾਂ ਜਿਹੜੀ ਮਤਲਬ ਮੰਗ ਕਰਦੇ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲੇ ਆਪਣੇ ਮਾਰੇ ਅਧਿਕਾਰ ਖੋਏ ਨੇ ਸੈਂਟਰ ਨੇ ਤੇ ਰੋਣ ਰੋਣ ਸੇ ਪਿੱਛਾ ਕਰਦੇ ਪਏ ਨੇ ਜਦੋਂ ਕਸ਼ਮੀਰ ਨੂੰ ਉਹਨੇ ਸਟੇਟ ਹood ਖੋਈ ਹੈਗੀ ਹੈ ਤੇ ਦੋ ਕੇਂਦਰ ਪ੍ਰਸ਼ਾਸਤ ਤੇ ਵਿਦੇਸ਼ ਵੰਡਿਆ ਹੈਗਾ ਉਦੋਂ ਆਮ ਆਦਮੀ ਪਾਰਟੀ ਦਾ ਐਮਪੀ ਭਵੰਤਮਨ ਲੋਕ ਸਭਾ ਤੇ ਸੰਜੇ ਸਿੰਘ ਰਾਜ ਸਭਾ ਜੀ ਮੋਦੀ ਸਰਕਾਰ ਦੇ ਹੱਕ ਜਬੋਟ ਪਾ ਕੇ ਆਏ ਹੈ ਸੋ ਇਹ ਜਿਹੜੀ ਦੋਗਲੀ ਰਾਜਨੀਤੀ ਹੈ ਜਿਹਦੇ ਅੰਦਰ ਹਿੰਦੂ ਹਿੰਦੂਤਵ ਵੀ ਅਜੰਡਾ ਪਿਆ ਹੈ ਤੁਮਕਤਲਬ ਜਿਹੜਾ ਹਿੰਦੂਇਜ਼ਮ ਹੈ ਇਹੀ ਅਜੰਡਾ ਹੈ ਆਮ ਆਦਮੀ ਪਾਰਟੀ ਦਾ ਵੀ ਨਹੀਂ ਉਸ ਤਰ੍ਹਾਂ ਨਹੀਂ ਹੈਗਾ ਜਿਵੇਂ 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 ਉਹ ਉਹ ਨੰਗਾ ਚਿੱਟਾ ਹੈਗਾ ਇਹਨਾਂ ਛਾਤਰਾਨਾ ਹੈਗਾ ਪਰ ਕੁੱਲ ਮਲਾਕੇ ਜਿਹੜਾ ਸਰਵ ਕਾਂ ਕੁੱਲ ਮਲਾਕੇ ਜਿਹੜਾ ਸਰਵ ਕਰਦਾ ਹੈਗਾ ਉਹ ਹਿੰਦੂ ਤੋਂ ਵੀ ਏਜੰਡੇ ਨੂੰ ਹੀ ਸਰਵ ਕਰਦਾ ਹੈਗਾ ਇਸ ਕਰਕੇ ਮੈਂ ਮੈਂ ਤਾਂ ਆਮ ਆਦੀ ਪਾਰਟੀ ਦੇ ਬਿਲਕੁਲ ਇਹਨਾਂ ਦਾ ਵੋਟ ਪਾਵਾਂ ਨਾ ਕਿਸੇ ਨੂੰ ਵੋਟ ਪਾਉਣ ਵਾਸਤੇ ਕਵਾਂ ਲੋਕਾਂ ਨੇ ਜੇ ਜੇ ਮਤਲਬ ਪੱਥ ਚਟ ਕੇ ਮੁਰਨਾ ਹੈਗਾ ਜੇ ਇੱਕ ਵਾਰ ਤਿਆਰਬਾ ਕਰਨਾ ਲੋਕਾਂ ਨੂੰ ਮੈਂ ਕਿਸੇ ਨਰਮੈ ਪੈ ਕਿਸੇ ਰੋਕਦਾ ਵੀ ਨਹੀਂ ਹੈਗਾ ਪਰ ਮੈਂ ਘਟ ਘਟ ਸਪਸ਼ਟ ਹੈ ਕਿ ਆਮ ਆਦੀ ਪਾਰਟੀ ਮੇਰੇ ਸੁਪਨਿਆਂ ਦੀ ਪਾਰਟੀ ਨਹੀਂ ਲੋਕਾਂ ਦੇ ਸੁਪਨਿਆਂ ਦੀ ਪਾਰਟੀ ਨਹੀਂ ਇੱਕ ਬੀਜਪੀ ਦਾ ਹੀ ਸੁਧਿਆ ਹੋਇਆ ਸੁਧਰਿਆ ਹੋਇਆ ਰ ਤਿਆਰ ਹੋਇਆ ਹੋਏਗਾ ਜਿਹੜਾ ਕਿ ਲੋਕਾਂ ਨੂੰ ਇੱਕ ਵਾਰ ਫਿਰ ਭਲੇਖੇ ਚ ਪਾ ਕੇ ਜਿਵੇਂ ਪਹਿਲਾਂ ਹੋਇਆ ਹੈਗਾ ਹੈ ਇੱਕ ਵਾਰ ਫਿਰ ਭਲੇਖੇ ਚ ਪਾ ਕੇ ਸੱਤਾ ਦੇ ਕਾਬਜ ਹੋ ਸਕਦਾ ਹੈ ਜੇਕਰ ਆਮ ਆਦਮੀ ਪਾਰਟੀ ਡਾਕਟਰ ਗਾਂਧੀ ਦਾ ਅਪਰੋਚ ਕਰਦੀ ਹੈ ਸਵਾਲ ਨਾ ਮੇਰੇ ਕੋ ਅਪਰੋਚ ਕਰ ਨਾ ਉਹਨਾਂ ਨਾਲ ਕੋਈ ਮੇਰਾ ਕੋਈ ਲਾਗਾ ਦੇਗਾ ਹੈਗਾ ਕਿਉਂਕਿ ਮੈਂ ਸਿਧਾਂਤਕ ਤੌਰ ਤੇ ਉਹਨਾਂ ਨਾਲ ਉਹਨਾਂ ਨਿਕੜ ਚੁੱਕਿਆ ਉਹਨਾਂ ਨੂੰ ਸਮਝ ਚੁੱਕਿਆ ਹੈਗਾ ਜਿਹਨੂੰ ਸਿਧਾਂਤਕ ਤੌਰ ਤੇ ਇਸ ਇਸ ਲੈਵਲ ਦੀ ਜੀ ਜੀ ਨੂੰ ਸਮਝ ਨਹੀਂ ਬੰਦੀ ਹੈਗੀ ਹੈ ਉਹਦਾ ਰੱਬ ਰੱਖਾ ਮੈਂ ਘਟੋ ਘਟ ਆਮ ਆਦੀ ਪਾਰਟੀ ਬਾਰੇ ਸਪਸ਼ਟ ਹੈਗਾ ਕਿ ਮੇਰੇ ਵਾਸਤੇ ਇਹ ਪਾਰਟੀ ਹਿੰਦੂ ਤਵਦਾ ਹੀ ਇੱਕ 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 ਸੋਧਿਆ ਹੋਇਆ ਰੂਪ ਹੈਗਾ ਜਿਹਦਾ ਕਿ ਲੋਕਾਂ ਨੂੰ ਅਕਸੈਪਟੇਬਿਲਟੀ ਕਰਾਉਣ ਵਾਸਤੇ ਉਹਨਾਂ ਨੂੰ ਉਹਨਾਂ ਨੂੰ ਪਰਵਾਨਗੀ ਦਿਵਾਨ ਵਾਸਤੇ ਹਾਕਮ ਜਮਾਤਾਂ ਜਾਂ ਸੰਗ ਹੈਡਕੁਆਟਰ ਕੋਈ ਵੀ ਕਿਸੇ ਵੇਲੇ ਵੀ ਕੋਈ ਚਾਲ ਚੱਲ ਸਕਦਾ ਹੈਗਾ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਕਿ ਪੰਜਾਬ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਸੋ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਲੱਗਿਆ ਕਿ ਪੰਜਾਬ ਜੋ ਜਿਸ ਤਰ੍ਹਾਂ ਕੇਂਦਰ ਚਾਹੁੰਦੀ ਹੈ ਉਸ ਤਰ੍ਹਾਂ ਪੰਜਾਬ ਸਰਕਾਰ ਚੱਲ ਰਹੀ ਹੈ ਦੇ ਕੋਈਕ ਤਾਂ ਇਹ ਕੈਪਟਨ ਸਾਹਿਬ ਦਾ ਦੂਜੇ ਟਰਮ ਹੈ ਨਾ ਇਹਦੇ ਜੋ ਪਿੰਦਾ ਪੋਸਚਰ ਰਿਹਾ ਹੈਗਾ ਉਹ ਰਾਸ਼ਟਰਵਾਦੀ ਪੋਸਚਰ ਜ਼ਿਆਦਾ ਰਿਹਾ ਪੰਜਾਬ ਦੇ ਹੱਕ ਦਾ ਪੋਸਚਰ ਘੱਟ ਰਿਹਾ ਹੈਗਾ ਚਾਹੇ ਤਾਂ ਸੱਜਣ ਸਿੰਘ ਦੇ ਮਾਮਲੇ 'ਚ ਹੋਵੇ ਕਿ ਵੀ ਜਿਹੜਾ ਡਿਫੈਂਸ ਮਿਨਿਸਟਰ ਹੈ ਕੈਰਨਲ ਦਾ ਕਿ ਮੈਂ ਇਹਨਾਂ ਨਾਲ ਗੱਲ ਨਹੀਂ ਕਰਨੀ ਕਿਉਂ ਖਾਲਸਤਾਨੀ ਸਪੋਰਟ ਕਰਦਾ ਹੈ ਉਹਨਾਂ ਪਤਾ ਨਹੀਂ ਗੱਲ ਕਰਨੀ ਸੀ ਕਿ ਨਹੀਂ ਕਰਨੀ ਸੀ ਮਿਲਣਾ ਸੀ ਨਹੀਂ ਮਿਲਣਾ ਸੀ ਇਹਨੇ ਪਹਿਲੇ ਹੀ ਫਰੰਟ ਪੇਜ ਤੇ ਅਖਬਾਰ ਤੇ ਟ੍ਰੂਨ ਦੇ ਖਬਰ ਸੀਗੀ ਕਿ ਕੈਪਟਨ ਬੌਨ ਟਾਕ ਟੂ ਸੱਜਣ ਸਿੰਘ ਬਿਕੋਜ਼ ਹੀ ਇਜ਼ ਅ ਖਾਲਸਾਨੀ სპੋਰਟਰ ਸੋ ਇੱਕ ਮਾਹੌਲ ਬਣਾਇਆ ਗਿਆ ਫਿਰ ਟਰੂਡੋ ਵਿਜ਼ਿਟ ਵਿਲੇ ਜੇ ਨੇ ਕੋਲਡ ਸ਼ੋਲਡਰ ਦਿੱਤਾ ਬਤਾਂ ਘਾਰ ਨਹੀਂ ਭਰਿਆ ਹਾਲੇ ਖੱਟਰ ਸਾਹਿਬ ਤੋਂ ਨੂੰ ਲਾਂਚ ਆਨਰ ਕਰਨ ਲਾਂਚ ਹੋਸਟ ਕਰਦੇ ਆ ਖੱਟਰ ਸਾਹਿਬ ਟਰੂਡੋ ਨੂੰ ਪਰ ਖੱਟਰ ਸਾਹਿਬ ਨੇ ਹਾਲਾਂਕਿ 3-4 ਲੱਖ ਪੰਜਾਬੀ ਕੈਨੇਡਾ 'ਚ ਬੈਠੇ ਆ ਬੜੇ ਮਾਣ ਤਾਣ ਨਾਲ ਬੈਠੇ ਆਗੇ ਪਰ ਇਹਨਾਂ ਨੇ ਕੋਲਡ ਸ਼ੋਲਡਰ ਦਿੱਤਾ ਉਹਦਾ ਜਿਹੜੇ ਪਾਕਿਸਤਾਨ ਬਾਰੇ ਬਿਆਨ ਹੈਗੇ ਆ ਜਿਹੜੇ ਕਿ ਸਨ ਪਹਿਲੀ ਟਰਮ ਬਿਲ੍ਹੇ ਬੜੇ ਸਹਿਤਾ ਵਾਲੇ ਦੋਸਤੀ ਵਾਲੇ ਬਿਆਨ ਸੀਗੇ ਬੜੇ ਪਿਆਰ ਵਾਲੇ ਬਿਆਨ ਸੀਗੇ ਇਸ ਬਾਰੇ ਇੱਕ ਫੌਜੀ ਵਰਗੇ ਬਿਆਨ ਜ਼ਿਆਦਾ ਸੀਗੇ ਜਿਹੜੇ ਜਿਹੜੇ ਕਿ ਰਾਸ਼ਟਰਵਾਦ ਨੂੰ ਪੱਠੇ ਪਾਉਣ ਵਾਲੇ ਜ਼ਿਆਦਾ ਸੀਗੇ ਔਰ ਸੈਂਟਰ ਨੂੰ ਖੁਸ਼ ਕਰਨ ਵਾਲੇ ਜ਼ਿਆਦਾ ਸੀਗੇ ਇਵੇਂ ਚਾਹੇ ਉਹ ਮਤਲਬ ਡੀਜੀਪੀ ਪੰਜਾਬ ਦਾ ਇਹ ਕਹਿਣਾ ਕਿ ਕਰਤਾਰ ਸਾਹਿਬ ਜਾ ਕੇ ਕੋਈ ਬੰਦਾ ਇੱਕ ਦਿਨ ਚ ਮਤਲਬ ਉਹ ਟੈਰਰਿਸਟ ਬਣ ਸਕਦਾ ਹੈਗਾ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਜਾ ਕੇ ਹੈਂ ਜੀ ਕਰਤਾਰਪੁਰ ਸਾਹਿਬ ਜਾ ਕੇ ਜਿਹੜਾ ਕੋਰੀਡੋਰ ਖੁੱਲਿਆ ਹੈਗਾ ਤੇ ਇਹ ਵੀ ਬਿਆਨ ਕੋਈ ਇੱਕ ਕੋਈ ਆਮ ਬਿਆਨ ਨਹੀਂ ਸੀਗਾ ਇਹਦੇ ਪਿੱਛੇ ਇੱਕ ਮਕਸਦ ਹੈਗਾ ਇੱਕ ਪੰਜਾਬ 'ਚ ਇੱਕ ਮਾਹੌਲ ਬਿਲਡ ਕਰਨ ਦਾ ਔਰ ਇਹ ਸਾਰੇ ਪ੍ਰੋਸੈਸ ਦੇ ਖਿਲਾਫ ਇੱਕ ਇੱਕ ਮਾਹੌਲ ਬਣਾਉਣ ਦਾ ਹੈਗਾ ਤੇ ਇਸ ਤਰ੍ਹਾਂ ਹੀ ਮਤਲਬ ਹੋਰ ਬਹੁਤ ਸਰੀ ਗੱਲਾਂ ਆਪਣੇ ਤਾਂ ਪਤਾ ਹੀ ਹੈ ਕਿਹੜੀ ਟਾਪ ਬਿਊਰੋਕਰੇਸੀ ਹੈ ਸਿੱਧੀ ਸੈਂਟਰ ਦੀ ਨਾਂ ਦੀ ਹੋਮਨਿਸਟਰੀ 31 ਦੀ ਨਾਂ ਦੀ ਹੈਗੀ ਸੋ ਇਵੇਂ ਬਾਕੀ ਜਿਹੜੀਆਂ ਬਹੁਤ ਗੱਲਾਂ ਤੇ ਆ ਜੈਪਟ ਸਾਹਿਬ ਦੇ ਕੜੀਮੂੜੀ ਬਿਆਨ ਕਿ ਸਿਰ ਨਹੀਂ ਚੱਕਣ ਦਊਂਗਾ ਇਹ ਨਹੀਂ ਕਰਨੂੰਗਾ ਉਹ ਨਹੀਂ ਕਰਨ ਦਊਂਗਾ ਮਤਲਬ ਲੋਕਾਂ ਦੇ ਮੁੱਦਿਆਂ ਦੇ ਬਿਆਨ ਘੱਟ ਹੈਗੇ ਆ ਕਾਂਗਰਸੀਆਂ ਪਾਲਸੀਆਂ ਦੇ ਬਿਆਨ ਘੱਟ ਆ ਗਏ ਹੈ। ਹਾਂਜੀ ਚੀਨ ਦੇ ਖਿਲਾਫ ਬਿਆਨ ਜਾਦੇ ਆ। ਰਾਸ਼ਟਰਵਾਦੀ ਨਜ਼ਰੀਏ ਤੋਂ ਪਾਕਿਸਤਾਨ ਦੇ ਖਿਲਾਫ ਬਿਆਨ ਜਾਦੇ ਆ। ਰਾਸ਼ਟਰਵਾਦੀ ਨਜ਼ਰੀਏ ਤੋਂ ਮੋਦੀ ਮਤਲਬ ਹਿੰਦੂ ਤੋਂ ਵੀ ਨਜ਼ਰੀਏ ਤੋਂ ਤੇ ਪੰਜਾਬ ਪੱਖੀ ਜਾਂ ਫੈਡਰਲ ਜੋ ਫੈਡਰਲਵਾਦ ਹੈ ਉਹਦੇ ਪੱਖੀ। ਆ ਵੀ ਇਹਨੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਹੈਗੀ ਜਿਹੜੀ ਆਪ ਕਿਸਾਨ ਅੰਦੋਲਨ ਦੇ ਮਾਮਲੇ 'ਚ ਆਗਾ। ਜੇ ਕੋਈ ਡਟ ਕੇ ਪੰਜਾਬ ਦੇ ਮਤਲਬ ਜੀ ਮਿਨਿਸਟਰ ਜਾਂ ਕਾਂਗਰਸ ਦੇ ਸਾਰੇ ਟੀ ਮਿਨਿਸਟਰ ਡਟ ਕੇ ਕਿਸਾਨ ਅੰਦੋਲਨ ਦੇ ਹੱਕ 'ਚ ਖੜੇ ਹੋਣ। ਇਵੇਂ ਕੇਜੀਵਲ ਸਾਹਿਬ ਜੇ ਡਟ ਕੇ ਦਿੱਲੀ 'ਚ ਦਿੱਲੀ ਜਾਮ ਕੀਤੀ ਹੁੰਦੀ ਆਮ ਆਦੀ ਪਾਰ ਤਾਂ ਸਰਕਾਰ ਤੇ ਪ੍ਰੈਸ਼ਰ ਹੋਰ ਵਧਣਾ ਸੇਗਾ ਉੱਥੇ ਡਰਾਮਾ ਕਰਕੇ ਬਿੱਲ ਪਾੜ ਦੇਣੇ ਜਾਂ ਡਰਾਮਾ ਕਰਕੇ ਮਤਲਬ ਹੋਰ ਕੋਈ ਕਾਰਵਾਈ ਬਿਆਨ ਦੇ ਦੇਣੇ ਉਹਨਾਂ ਨੂੰ ਥੋੜੀ ਕਿ ਸਪੋਰਟ ਹੁੰਦੀ ਸਪੋਰਟ ਇਹਨਾਂ ਦਾ ਲੱਖਾਂ ਦਾ ਘੜ ਇਹਨਾਂ ਦਾ ਟ੍ਰੇਡ ਤਾਂ ਐਮਐਲਏ ਉੱਥੇ ਇੱਕ ਐਮਐਲ ਲੱਖ ਲੱਖ ਬੰਦਾ ਵੀ ਇਕੱਠਾ ਕਰਦਾ ਤਾਂ ਵੀ 3 ਲੱਖ ਬੰਦਾ ਕੱਢ ਦਿੱਲੀ ਚੋਣਾ ਸੇਗਾ ਮੈਂ ਦਿਖਾਉਂਗਾ ਕਿ ਆਮ ਆਦਮੀ ਦਿਲੋਂ ਢਿੱਡੋਂ ਕਦੋਂ ਮਦਦ ਕੀਤੀ ਕਿਸਾਨਾਂ ਨੂੰ ਉਹਨਾਂ ਦੀ ਬਿਲਕੁਲ ਨਹੀਂ ਕੀਤੀ ਇੱਕ ਡਰਾਮੇਬਾਜ਼ੀ ਕੀਤੀ ਹੈਗੀ ਇਹ ਮੈਂ ਕੈਪਟਰ ਸਾਹਿਬ ਨੇ ਵੀ ਕਾਫੀ ਹੱਦ ਤੱਕ ਡਰਾਮੇਬਾਜ਼ੀ ਕੀਤੀ ਹੈ ਇਹ ਠੀਕ ਹੈ ਕਿ ਪੰਜਾਬ ਜਾਂ ਹਰਿਆਣਾ ਚ ਕਾਂਗਰ ਸਰ ਉਹ ਡੰਡਾ ਜਿਹੜਾ ਹਰਿਆਣਾ ਵਿੱਚ ਵਰਤਿਆ ਕ ਖੱਟਰ ਰਹੀ ਉਹ ਪੰਜਾਬ ਵਿੱਚ ਨਹੀਂ ਵਰਤਿਆ ਜਾ ਸਕਿਆ ਇਸ ਗੱਲ ਦੀ ਇੰਨੀ ਕਾਂਗਰਸ ਨੂੰ ਕ੍ਰੈਡਿਟ ਜਾਣਾ ਚਾਹੀਦਾ ਹੈਗਾ ਪਰ ਜੇ ਕਹੋ ਕਿ ਢਿੱਡੋਂ ਕਾਂਗਰਸ ਦੀ ਕਾਂਗਰਸ ਨੇ ਮਤਲਬ ਰਾਜਾਂ ਦੇ ਹੱਕ ਸਟੈਂਡ ਲੈ ਲਿਆ ਹੋਵੇ ਜਾਂ ਮਤਲਬ ਇਹਨਾਂ ਕਾਨੂੰਨਾਂ ਨੂੰ ਮੂਰੋਂ ਸੂਣ ਰੱਦ ਕਰ ਦਿੱਤਾ ਤਾਂ ਵੀ ਕਹਿੰਦੇ ਇਹ ਸੈਂਟਰ ਨੂੰ ਹੱਕੇ ਕੋਈ ਨਹੀਂ ਬਣਾਣ ਦਾ ਇਹ ਕਾਨੂੰਨ ਇਸ ਪੰਜਾਬ ਦਾ ਰਾਈਟ ਹੈਗਾ ਅਸੀਂ ਨਾ ਇਹ ਰੱਦ ਕਰਕੇ ਸਿਕੂਨਾ ਸੋਧਾ ਸਾਦਾ ਕਰਕੇ ਉਹਨਾਂ ਨੇ ਕਿਹਾ ਕਿ ਸੈਸ਼ਨ ਸੈਸ਼ਨ ਦੇ ਵਿੱਚ ਅਸੀਂ ਮਤਾਬਾਸ ਕੀਤਾ ਮਤਾਬਾਸ ਕੀਤਾ ਨਾ ਪਰ ਉਹਨਾਂ ਕੁਨਾਲੀ ਪਰਵਾਨਗੀ ਵੀ ਦੇਤੀ ਨਾਲ ਜਿੰ ਜੇ ਨਾ ਬੋਲ ਦੇ ਸਕੂੰ ਜੇ ਉਹਨੂੰ ਚੈਲੰਜ ਕਰਦੇ ਹਾਈ ਕੋਰਟ ਸੁਪਰੀਮ ਕੋਰਟ ਚ ਫਿਰ ਅਸਲੀ ਗੱਲ ਬਣਨੀ ਸੀਗੀ ਸੋ ਮੈਂ ਸਮਝਦਾ ਕਿ ਠੀਕ ਹੈ ਮੈਂ ਨਹੀਂ ਕਹਦਾ ਕਿ ਰੋਲ ਹੈ ਨਹੀਂ ਜੇ ਜੇ ਪੰਜਾਬ ਚ ਕਾਂਗਰਸ ਸਰਕਾਰ ਨਾ ਹੁੰਦੀ ਤਾਂ ਕਾਂਗਰਸ ਤਾਂ ਇਹਦਾ ਪੰਜਾਬ ਦਾ ਕਿਸਾਨ ਅੰਦੋਲਨ ਹੈ ਇਸ ਤਰ੍ਹਾਂ ਮਤਲਬ ਉਹ ਨਾ ਵੱਧਦਾ ਫੁੱਲਦਾ ਉਹਦੇ ਬੰਦਸ਼ਾ ਲੱਗ ਜਾਣੀਆਂ ਸੀਗੀ ਬਹੁਤ ਬਹਾਨੇ ਹੁੰਦੇ ਸਰਕਾਰਾਂ ਕੋਲ ਇਹ ਕਾਂਗਰਸ ਕ੍ਰੈਡਿਟ ਜਨਮ ਹੈ ਕ੍ਰੈਡਿਟ ਦੇਣ ਨੂੰ ਤਿਆਰ ਹੈ ਕਾਂਗਰਸ ਸਰਕਾਰ ਨੂੰ ਪਰ ਇਸ ਤੋਂ ਵੱਧ ਜੇ ਕਹੋ ਕਿ ਟਿੱਡੋ ਟਿੱਡੋ ਮੁੱਡੋ ਉਹਨਾਂ ਨੇ ਮਤਲਬ ਫੈਡਰਲਵਾਦ ਦੇ ਹੱਕ ਅਜ ਰਾਜਾਂ ਦੇ ਅਧਿਕਾਰਾਂ ਦੇ ਹੱਕ ਹੈ ਜਿਵੇਂ ਸੰਵਿਧਾਨ ਦੀ ਜਿਹੜੀ 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 ਰਾਜਾਂ ਦੀ ਸੂਚੀ ਹੈ ਉਹਦੀ ਮਾਦ ਨੰਬਰ 6 ਵਿੱਚ ਖੇਤੀਬਾੜੀ ਤੇ ਮਾਦ ਨੰਬਰ ਮਾਦ ਨੰਬਰ 18 14 ਵਿੱਚ ਖੇਤੀਬਾੜੀ ਤੇ 28 ਵਿੱਚ ਜੋ ਮੰਡੀ ਕਰਨਾ ਹੈ ਰਾਜ ਦੇ ਵਿੱਚ ਇਹ ਹੈਗੇ ਠੋਕੇ ਕਹਿ ਸਕਦੇ ਕਿ ਤੁਹਾਨੂੰ ਰਾਜ ਤੇ ਕੋਈ ਨਹੀਂ ਵੀ ਬੜਾ ਹੀ ਸਕਦੇ ਇੱਕ ਨੂੰ ਔਰ ਪੰਜਾਬ ਨੂੰ ਖੜਾ ਕਰ ਸਕਦੇ ਸੀ ਸੋ ਪਰ ਇਹਨਾਂ ਨੇ ਉਹ ਰੋਲ ਨਹੀਂ ਪਲੇ ਕੀਤਾ ਇਹਨਾਂ ਨੇ ਫੇਰ ਵੀ ਵਿਚ ਵਿਚਾਲੇ ਵਾਲਾ ਰੋਲ ਇੱਧਰ ਵੀ ਥੋੜਾ ਰੱਖ ਲੋ ਹੱਥ ਤੇ ਸੈਂਟਰ ਨਾਲ ਵੀ ਸਿੱਟੀ ਮਲਾ ਕੇ ਰੱਖੋ ਉਹੀ ਉਹੀ ਰੋਲ ਪਲੇ ਕੀਤਾ ਜੀ ਬੇਸ਼ੱਕ ਕਾਂਗਰਸ ਸਰਕਾਰ ਕਿਸਾਨਾਂ ਦੀ ਮਦਦ ਲਈ ਇਸ ਤੋਂ ਇੱਕ ਕਦਮ ਹੋਰ ਵੀ ਅੱਗੇ ਜਾ ਸਕਦੀ ਸੀ ਪਰ ਉਹ ਨਹੀਂ ਗਈ। ਕਈ ਕਈ ਕਦਮ ਅੱਗੇ ਜਾ ਸਕਦੀ ਸੀ। ਕਈ ਕਦਮ। ਹਾਲ ਦੀ ਘੜੀ 'ਚ ਮਹਾਮਾਰੀ ਫੈਲੀ ਹੋਈ ਹੈ ਪੰਜਾਬ ਦੇ ਵਿੱਚ। ਤੁਸੀਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ। ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ। ਚਲੋ ਕਰੋਨਾ ਕਰਕੇ ਸਿੱਖਿਆ ادارے ਜਿਹੜੇ ਬੰਦ ਨੇ ਸੋ ਕਰੋਨਾ ਕਰਕੇ ਜਿਹੜੇ ਰੋਜ਼ ਲੋਕ ਮਰ ਰਹੇ ਆ ਜਾਂ ਲੋਕਾਂ ਨੂੰ ਵੈਂਟੀਲੇਟਰ ਨਹੀਂ ਮਿਲ ਰਹੀ ਜਾਂ ਆਕਸੀਜਨ ਨਹੀਂ ਮਿਲ ਰਹੀ ਹਾਲ ਹੀ ਚ ਫਰੀਦਕੋਟ ਦੀ ਖਬਰ ਸਾਹਮਣੇ ਆਈ ਸੀ ਕਿ ਉੱਥੇ ਵੈਂਟੀਲੇਟਰ ਨੇ ਜਿਹੜੇ ਉਹ ਕਬਾੜ ਚ ਸਿੱਟੇ ਪਏ ਆ ਸੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਤੇ ਸਿੱਟਤਾ ਕਿ ਸਾਨੂੰ ਖਰਾਬ ਭੇਜਿਆ ਸੋ ਸੈਂਟਰ ਵੱਲੋਂ ਇਹ ਬਿਆਨ ਜਾਰੀ ਹੋ ਗਿਆ ਕਿ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਵਰਤਨੇ ਨਹੀਂ ਆਉਂਦੇ ਸੋ ਤੁਸੀਂ ਪੰਜਾਬ ਦੀਆਂ ਸਿਹਤ ਸਹੂਲਤਾਂ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਔਰ ਪੰਜਾਬ ਦੇ ਖਾਸ ਕਰਕੇ ਸਿਹਤ ਮੰਤਰੀ ਆਪਣੀ ਭੂਮਿਕਾ ਕਿਸ ਤਰ੍ਹਾਂ ਨਿਭਾ ਰਹੇ ਨੇ ਨਹੀਂ ਨਹੀਂ ਪੰਜਾਬ ਸਿਹਤ ਸਹੂਲਤਾਂ ਦਾ ਕੋਈ ਬੜਾ ਚੰਗਾ ਹਾਲ ਨਹੀਂ ਹੈਗਾ ਇਹ ਗੱਲ ਠੀਕ ਹੈ ਕਿ ਜਿਹੜੀ ਜਿਹੜੀ ਇੰਟੀਰੀਅਰ ਯੂਪੀ ਹੈ ਜਾਂ ਇੰਟੀਰੀਅਰ ਬਿਹਾਰ ਹੈਗਾ ਇੰਟੀਰੀਅਰ ਰਾਜਸਥਾਨ ਹੈ ਉਹਨਾਂ ਮੁਕਾਵਲਤਾਂ ਬੈਟਰ ਹੋਣਗੀਆਂ ਪਰ ਜੋ ਪੰਜਾਬ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਹੈਗੀਆਂ 21ਵੀਂ ਸਦੀ ਦੇ ਹਾਨ ਦੀਆਂ ਉਹ ਤੋਂ ਕੋਹਾਂ ਦੂਰ ਨੇ ਉਹ ਤੋਂ ਕੋਹਾਂ ਦੂਰ ਨੇ ਇੱਕ ਤਾਂ ਸਪੈਲਿਸਟਾਂ ਦੀ ਘਾਟ ਹੈ ਬਹੁਤ ਇੱਕ ਮਤਲਬ ਪੰਜਾਬ ਚ ਇਨਫਰਾਸਟ੍ਰਕਚਰ ਦਾ ਮਾੜਾ ਮੋਟਾ ਸਿਗਾ ਵੀ ਉਹ ਵੀ ਤਬਾਹ ਹੋ ਗਿਆ ਹੈਗਾ ਮੈਡੀਕਲ ਕਾਲਜਾਂ ਜਿੰਨਾ ਵਿਕਾਸ ਹੋਣਾ ਚਾਹੀਦਾ ਸੀਗਾ ਤੁਸੀਂ ਹੈਰਾਨ ਹੋਵੋਗੇ ਕਿ ਹਰਿਆਣਾ ਵਿੱਚ ਦਸਾਂ ਦਸਾਂ ਜ਼ਿਲ੍ਹਿਆਂ ਚ ਕੈਥ ਲੈਬ ਹੁੰਦੀ ਹੈ ਐਂਜੋਗ੍ਰਾਫੀ ਹੁੰਦੀਆਂ ਐਂਜੋਪਲਾਸਟੀ ਹੁੰਦੀਆਂ ਪੰਜਾਬ ਦੇ ਤਿੰਨਾਂ ਮੈਡੀਕਲ ਕਾਲਜਾਂ ਚ ਵੀ ਜਿਹੜਾ ਹੈੱਡ ਕੁਆਰਟਰ ਛੱਡੋ ਤਿੰਨਾਂ ਮੈਡੀਕਲ ਕਾਲਜਾਂ ਚ ਕਾਰਡਿਕ ਡਿਪਾਰਟਮੈਂਟ ਹੈ ਨਹੀਂ ਕੈਥ ਲੈਬ ਹੈ ਨਹੀਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਿੰਨਾਂ ਮੈਡੀਕਲ ਕਾਲਜਾਂ ਸਿਰ ਸੁਪਰ ਸਪੈਸ਼ਲਿਸਟ ਹੈ ਉਹ ਨਾਮਾਤਰ ਹੈ ਜੇ ਸੌ ਚਾਹੀਦਾ ਤਿੰਨ ਹੈਗੇ ਆ ਸੇਤ ਪੱਖੋਂ ਸੇਤ ਤੋਂ ਦਾ ਪੱਖੋਂ ਹਰਿਆਣਾ ਪੰਜਾਬ ਤੋਂ ਅੱਗੇ ਇਹਨਾਂ ਨੇ ਨਾ ਜਿਹੜੇ ਪੱਖੋਂ ਹਰਿਆਣਾ ਪੰਜਾਬ ਤੋਂ ਅੱਗੇ ਆ ਬਿਲਕੁਲ ਉਹਨਾਂ ਨੇ ਜੋ ਡਿਸਟ੍ਰਿਕਟ ਲੈਵਲ ਨੂੰ ਉਹ ਨਹੀਂ 45 ਕੀਤਾ ਤਗੜਿਆ ਕੀਤਾ ਹੈਗਾ ਉਹ ਪੰਜਾਬ ਚ ਉਹ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਵੀ ਨਹੀਂ ਕਰ ਸਕੇ ਮੈਡੀਕਲ ਕਾਲਜਾਂ 'ਚ ਨਹੀਂ ਕਰ ਸਕੇ ਸੋ ਇਸ ਕਰਕੇ ਪੰਜਾਬ ਜੀ ਮਤਲਬ ਜਿੰਨਾ ਹੋਣਾ ਚਾਹੀਦਾ ਸੀ ਉਹ ਨਹੀਂ ਹੈਗਾ ਨੰਬਰ ਤੋਂ ਜੋ ਹੈ ਵੀ ਹੈਗਾ ਉਹ ਵੀ ਬਹੁਤ ਮਿਸ ਮੈਨੇਜਡ ਹੈਗਾ ਹੈ ਤੇ ਜਿਹੜੀ ਜਿਹੜੀ ਭਰਤੀਆਂ ਹੈਗੀਆਂ ਨਮੀਆਂ ਕਰਨੀਆਂ ਚਾਹੀਦੀਆਂ ਜਿੰਨੀਆਂ ਸਟਾਫ ਨਰਸਾਂ ਦੀਆਂ ਡਾਕਟਰਾਂ ਦੀਆਂ ਉਹਨਾਂ ਚ ਅੰਸ਼ਕ ਰੂਪ ਚ ਕਰਦੇ ਪਏ ਉਹ ਵੀ ਅਧਚਰੀ ਦੀ ਪੇ ਤੇ ਕਰਦੇ ਪਏ ਨੇ ਤਰ੍ਹਾਂ ਵੀ ਅਧਚਰੀਆਂ ਦੇਰੇ ਮੁਲਾਜ਼ਮਾਂ ਨੂੰ ਤੇ ਉਹ ਸਾਰਾ ਕੁਝ ਇਹਨਾਂ ਨੂੰ ਰੈਗੂਲਰ ਕਰਕੇ ਹੁਣ ਐਨਆਰਐਚਐਮ ਦੀ ਸਿਗੇ ਬੱਚੇ ਬੱਚੇ ਹੜਤਾਲ ਤੇ ਹੈਗੇ ਉਹਨਾਂ ਦੀ ਤਰ੍ਹਾਂ ਨਹੀਂ ਵਧਾ ਕੇ ਰਾਜੀ ਹੈਗੇ ਅਫਸਰ ਛਾਈ ਨੇ ਆਪਣੀ ਤਨਖਾਹ ਰਾਤੋ ਰਾਤ 20% ਵਧਾ ਲਈ ਅਫਸਰ ਛਾਈ ਨੇ ਪਿਛਲੇ ਹਫਤੇ ਸੋ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਹੈਗੀਆਂ ਉਹ ਕੋਈ ਚੰਗਾ ਪੰਜਾਬ ਦਾ ਸਿਹਤ ਪ੍ਰਬੰਧ ਜਿਹੜਾ ਬਹੁਤ ਮਾੜਾ ਹਾਲ ਹੈਗਾ ਤੇ ਇਹ ਤਾਂ ਠੀਕ ਹੈ ਕਿ ਪੰਜਾਬ ਚ ਅਜੇ ਜਿਸ ਤਰ੍ਹਾਂ ਮਹਾਨਗਰਾਂ ਚ ਇਹ ਮਹਾਮਾਰੀ ਫੈਲੀ ਹੈਗੀ ਪੰਜਾਬ ਚ ਅਜੇ ਉਸ ਤਰ੍ਹਾਂ ਮਹਾਮਾਰੀ ਨਹੀਂ ਫੈਲੀ ਹੈਗੀ ਉਹ ਤਾਂ ਕੁਝ ਕਾਫੀ ਘੱਟ ਹੈਗੀ ਹੈ ਪਰ ਹੁਣ ਪਿੱਛੇ ਦੇ ਪਿਛਲੇ ਹਫਤੇ ਤੋਂ ਪਿੰਡਾਂ ਵਿੱਚ ਕਾਫੀ ਕੇਸ ਵਧੇ ਹੈਗੇ ਆ ਔਰ ਮੈਂ ਸਮਝਦਾ ਕਿ ਜੇਕਰ ਸਰਕਾਰ ਹੁਣ ਵੀ ਆਪਣੇ ਫੰਡ ਦਾ ਵੱਡਾ ਜਿਹੜਾ ਸੋਰਸ ਹੈਗਾ ਉਹ ਸਿਹਤ ਸਹੂਲਤਾਂ ਵੱਲ ਨੂੰ ਡਿਵਰਟ ਕਰੇ ਤੇ ਜਿੰਨੇ ਸਰਕਾਰੀ ਹਸਪਤਾਲ ਜਿਹਨੇ ਪ੍ਰਾਈਵੇਟ ਹਸਪਤਾਲ ਹੈ ਜਿਹਨਾਂ ਸਸਤੀਆ ਜ਼ਮੀਨਾਂ ਲਈਆਂ ਜਿਹੜੇ ਟੈਕਸ ਦੀ ਚੋਰੀ ਕਰਦੇ ਜਿਹੜੇ ਜਿਹੜੇ ਟੈਕਸ ਦੀ ਰਹਿਤਾ ਲੈਂਦੇ ਹੈਗੇ ਔਰ ਜਿਹੜੇ ਮਤਲਬ ਅੰਨੇ ਮੁਨਾਫੇ ਕਮਾ ਰਹੇ ਹੈਗੇ ਉਹਨਾਂ ਨੂੰ ਸਰਕਾਰ ਫੌਰੀ ਤੌਰ ਤੇ ਆਪਣੇ ਅੰਡਰ ਲਵੇ ਐਮਰਜੈਂਸੀ ਹਾਲਤ ਹੈ ਇੱਕ ਇਥੇ ਇਥੇ ਲਾਅ ਹੈਗਾ ਹੈ ਡਿਜ਼ਾਸਟਰ ਮੈਨੇਜਮੈਂਟ ਐਕਟ ਹੈਗਾ ਉਹ ਸਰਕਾਰ ਤ ਹੈ ਸਰਕਾਰ ਕਰ ਸਕਦੀ ਹੈ ਜਿਹੜੀ ਹੁਣ ਵੀ ਰੇਟ ਫੈਸ ਕੀਤੇ ਸਰਕਾਰ ਕਰਨ ਸਰਕਾਰ ਨੇ ਇਹ ਬਿਲਕੁਲ ਨਹੀਂ ਚਾਹੀਦੇ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਪਾਇਦਰ ਸਿਹਤ ਸਹੂਲਤਾਂ ਇੱਕ ਮਿਆਰੀ ਸਿਹਤ ਸਹੂਲਤ ਦੇਣਾ ਸਰਕਾਰ ਸਰਕਾਰ ਦਾ ਫਰਜ ਹੈਗਾ ਹੈ ਔਰ ਸਰਕਾਰ ਉਹ ਫਰਜ ਨੂੰ ਮਾਣ ਵਾਸਤੇ ਸਾਰੇ ਪ੍ਰਾਈਵੇਟ ਹਸਪਤਾਲ ਨੂੰ ਜਿਹੜੇ ਹੁਣ ਤੱਕ ਅੰਨੇ ਮੁਨਾਫੇ ਕਮਾਦੇ ਆ ਰਹੇ ਹੈਗੇ ਉਹਨਾਂ ਨੂੰ ਆਪਣੇ ਕੰਟਰੋਲ ਚ ਕਰੇ ਔਰ ਉਹਨਾਂ ਨੂੰ ਮਤਲਬ ਉਹਨਾਂ ਨੂੰ ਜਿਹੜੀ ਮੈਨੇਜਮੈਂਟ ਆਪਣੇ ਹੱਥਾਂ ਚ ਲਵੇ ਔਰ ਜਦ ਤੱਕ ਇਹ ਸੰਕਟ ਹੈਗਾ ਉਹ ਤੱਕ ਉਹਨੂੰ ਜਾਰੀ ਰੱਖੇ ਕੁਝ ਦਿਨ ਪਹਿਲਾਂ ਈਦ ਸੀ ਈਦ ਮੌਕੇ ਕਪਤਨ ਔਰਿੰਦਰ ਸਿੰਘ ਹੋਰਾਨੇ ਪੰਜਾਬ ਦਾ 23ਵਾਂ ਜ਼ਿਲ੍ਹਾ ਨਵਾਂ ਬਣਾਇਆ ਮਲੇਰਕੋਟਲਾ ਸੋ ਉਹਦੇ ਤੇ ਕੱਲ ਯੂਪੀ ਦੇ ਮੁੱਖ ਮੰਤਰੀ ਯੋਗੀ ਉਦਿਤਿਆ ਨਾਲ ਦਾ ਇੱਕ ਬਿਆਨ ਆਇਆ ਤੁਸੀਂ ਪੜਿਆ ਵੀ ਹੋਣਾ ਉਹਨਾਂ ਨੇ ਟਵੀਟ ਕੀਤਾ ਸੋ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੰਤੇ ਬੰਦਾ ਉਹ ਬੰਦਾ ਨਾ ਬਹੁਤ ਜ਼ਾਹਰ ਉਗਲਦਾ ਹੈਗਾ ਉਹਦੇ ਦਿਮਾਗ 'ਚ ਹੀ ਨਾ ਜਨੂਨ ਤੇ ਹਿੰਦੂ ਜਨੂਨ ਭਰਿਆ ਪਿਆ ਦਿਮਾਗ 'ਚ ਨਫ਼ਰਤ ਭਰੀ ਪਈ ਹੈ ਉਹ ওই ਮੁਸਲਮਾਨਾਂ ਖਿਲਾਫ ਖਾਸ ਤੌਰ ਤੇ ਮੁਸਲਮਾਨਾਂ ਖਿਲਾਫ ਇਸਾਈਆਂ ਖਿਲਾਫ ਤੇ ਕਮ ਕਮ ਰਿਸ਼ਤਾ ਖਿਲਾਫ ਤੇ ਉਹ ਉਹਦੀ ਉਹਦੀ ਜਹਨੀयत ਦਾ ਹਿੱਸਾ ਹੈਗਾ ਇਹ ਤੇ ਉਹਨੇ ਪੰਜਾਬ ਤੋਂ ਉਹਨੂੰ ਪਤਾ ਹੀ ਨਹੀਂ ਕਿ ਪੰਜਾਬ ਚ ਮਲੇਰਕੋਟਲੇ ਦੀ ਪੰਜਾਬ ਦੇ ਇਤਿਹਾਸ ਵਿੱਚ ਪੰਜਾਬ ਦੀ ਮਤਲਬ ਵਿਰਾਸਤ ਵਿੱਚ ਕੀ ਕੀ ਮਹੱਤਤਾ ਹੈਗੀ ਹੈ ਮੈਂ ਨਹੀਂ ਕਹਿੰਦਾ ਕਿ ਉੱਥੇ ਉਹਨੂੰ ਬਣਾਤਾ ਦੂਜਿਆਂ ਨੇ ਨਹੀਂ ਬਣਾਇਆ ਮੈਂ ਚੱਕਰ ਚ ਨਹੀਂ ਪੈਂਦਾ ਹੈਗਾ ਪਰ ਘਟੋ ਘਾਟ ਜੋਗੀ ਵਰਗੇ ਬੰਦੇ ਨੂੰ ਜਿਹਦੇ ਦਿਮਾਗ ਜ਼ਹਿਰ ਭਰਿਆ ਹੋਇਆ ਉਹਨੂੰ ਆਪਣੇ ਕੋਲ ਤਾਂ ਰਾਹ ਸੰਭਿਆ ਨਹੀਂ ਜਾਂਦਾ 2-2 ਹਜ਼ਾਰ ਲਾਸ਼ ਗੰਗਾ ਚ ਤੈਰਦੀ ਫਈ ਹੈਗੀ ਹੈ ਰਾਜਾਂ ਦਾ ਪਿੰਡਾਂ ਦੇ ਪਿੰਡ ਉਹਨਾਂ ਦੇ ਗਰਸਤ ਹੋਏ ਪਏ ਆ ਉਨਾ ਕੁੰਭ ਕਰਵਾ ਕੇ ਸਾਰੇ ਮੁਲਕ ਨੂੰ ਕਰੋਨਾ ਕਰਵਾਤਾ ਸਾਰੀ ਯੂਪੀ ਨੂੰ ਆਪਣੇ ਪੈਰਾਂ ਥਲੇ ਪਿੱਛੇ ਛੋਟਾ ਫੇਰੇ ਹੋ ਪੰਜਾਬ ਦਖਲ ਨਾ ਦੇਵੇ ਪਰ ਕੈਪਟਨ ਸਾਹਿਬ ਨੇ ਜੋ ਕੀਤਾ ਹੈਗਾ ਉਹ ਪੰਜਾਬ ਦੀਆਂ ਮਤਲਬ ਇਹ ਉਹਨੂੰ ਜੋ ਫਿਰ ਫਿਰਕੂ ਰੰਗਤ ਬਿਲਕੁਲ ਨਾ ਦੇਵੇ ਉਹ ਜੋ ਐਡਮਿਨਿਸਟ੍ਰੇਟ ਤਾਂ ਹੋ ਸਕਦੀ ਹੈ ਇੱਕ ਤਰ੍ਹਾਂ ਇਹ ਤਾਂ ਮੈਂ ਕਹਿ ਸਕਦਾ ਕਿ ਬਾਕੀ ਜਦੋਂ 13 ਜ਼ਿਲ੍ਹੇ ਸੀਗੇ 22 ਬਣਾ ਕੇ ਕਿੰਨਾ ਖਜ਼ਦਾਰ ਹੋ ਗਿਆ ਐਡਮਿਨਿਸਟ੍ਰੇਟਿਵਲੀ ਲੋਕਾਂ ਨੂੰ ਕਿੰਨੀ ਕਿ ਰਾਹਤ ਮਿਲ ਗਈ ਐਡਮਿਨਿਸਟ੍ਰੇਟਿਵਲੀ ਮੈਨੂੰ ਲੱਗਦਾ ਬਹੁਤਾ ਫਰਕ ਨਹੀਂ ਪਿਆ ਹੈਗਾ ਸੋ 23 ਬਣਾ ਲਓ 24 ਬਣਾ ਲਓ ਗਲਤਾਂ ਸਾਰੀ ਜਿਹੜਾ ਸਿਆਸੀ ਦਖਲ ਹੈ ਡੀਸੀਆਂ ਚ ਸਿਆਸੀ ਦਖਲ ਹੈ ਪੁਲਿਸ ਵਿੱਚ ਸਿਆਸੀ ਦਖਲ ਹੈ ਅਫਸਰ ਚਾਈ ਵਿੱਚ ਸਿਆਸੀ ਦਖਲ ਹੈ ਹਰ ਮਹਿਕਮੇ ਵਿੱਚ ਹਰ ਮਹਿਕਮਾ ਮਾਫੀਆ ਦੀ ਮਤਲਬ ਛਤਰ ਛਾਇਆ ਹੈਗੀ ਹੈ ਇਸ ਛਤਰ ਮਾਫੀ ਮਾਫੀਆ ਨੂੰ ਹਰ ਮਹਿਕਮੇ ਦੀ ਛਤਰ ਛਾਇਆ ਹੈਗੀ ਹੈ ਉਹਨਾਂ ਨੂੰ ਸਿਆਸੀ ਛਤਰ ਛਾਇਆ ਹੈਗੀ ਇਹ ਜਿਹੜਾ ਮਕੜ ਜਾਲੇ ਟੁੱਟੇ ਜੇ ਉਹ ਨਹੀਂ ਟੁੱਟਦਾ ਹੈਗਾ ਤਾਂ ਜਿਹੜੇ ਐਡਮਿਨਿਸਟ੍ਰੇਟਿਵ ਜ਼ਿਲ੍ਹੇ ਹੈਗੇ ਆ ਮਲੇਰ ਕੋਈ ਗੱਲ ਛੱਡੋ ਤੁਸੀਂ ਜਿੰਨੇ ਮਰਜ਼ੀ ਬਣਾ ਲਓ ਦੋ ਹੋਰ ਬਣਾ ਲਓ ਉਹਨਾਂ ਲੋਕਾਂ 'ਤੇ ਜ਼ਿੰਦਗੀ ਉਹ ਬੜਾ ਫਰਕ ਨਹੀਂ ਪੈਣਾ ਨਾ ਮਲੇਰ ਕੋਡੇ ਲੋਕਾਂ ਦੀ ਜ਼ਿੰਦਗੀ 'ਚ ਫਰਕ ਪੈਣਾ ਪਰ ਇਹਨੂੰ ਫਿਰਕੂ ਰਗੜ ਦੇਣੀ ਇਹ ਬਿਲਕੁਲ ਗਲਤ ਹੈਗਾ ਨਾ ਪੰਜਾਬ ਦੇ ਲੀਡਰਾਂ ਨੂੰ ਦੇਣੀ ਚਾਹੀਦੀ ਹੈ ਤੇ ਨਾ ਨਾ ਜੈ ਰੁੱਗਣ ਵਾਲੇ ਯੂਪੀ ਦੇ ਲੀਡਰਾਂ ਨੂੰ ਜਾਂ ਕਿਸੇ ਹੋਰ ਕਿਸੇ ਹੋਰ ਰਾਜ ਦੇ ਲੀਡਰਾਂ ਨੂੰ ਤੁਸੀਂ ਕਾਂਗਰਸ ਸਰਕਾਰ ਨੂੰ 4.5 ਸਾਲ ਹੋ ਗਏ ਕੈਪਟਨ ਅਵਨੀਂਦਰ ਸਿੰਘ ਮੁੱਖ ਮੰਤਰੀ ਨੇ ਉਹਨਾਂ ਨੂੰ ਸਭ ਤੋਂ ਵੱਧ ਜਿਹੜੇ ਜਿੱਥੇ ਜਿੱਥੇ ਉਹ ਫੇਲ ਸਾਬਤ ਹੋਏ ਨੇ ਤੁਹਾਡੀ ਨਜ਼ਰ 'ਚ ਉਹ ਕਿਹੜੇ ਮੁੱਦੇ ਨੇ ਦੇਖੋ ਉਹਨਾਂ ਦਾ ਸਭ ਤੋਂ ਜਿਹੜਾ ਵੱਡਾ ਜਿੱਥੇ ਫੇਲ ਹੋਏ ਨੇ ਨਾ ਉਹ ਹੋਏ ਨੇ ਉਹ ਨੰਬਰ 1 ਜਿਹੜਾ ਮਾਫੀਆ ਕੰਟਰੋਲ ਕਰਨਾ ਸੀਗਾ ਜਿੱਥੇ ਇਕੱਲੀ ਛੱਟ ਕੇ ਗਏ ਸੀਗੇ ਹਾਹਾਕਾਰ ਵਾਲੀ ਹਾਲਤ ਸੀਗੀ ਉਹ ਮਾਫੀਆ ਕੰਟਰੋਲ ਨਹੀਂ ਕੀਤਾ ਕੋਈ ਕਿਹੜਾ ਮਾਫੀਆ ਉਹ ਸ਼ਰਾਬ ਮਾਫੀਆ ਉਹ ਨਸ਼ਾ ਮਾਫੀਆ ਉਹ ਟ੍ਰਾਂਸਫਰ ਮਾਫੀਆ ਉਹ ਭੂ ਮਾਫੀਆ ਉਹ ਰੇਤਾ ਬਜਰੀ ਮਾਫੀਆ ਪੰਜ ਮਾਫੀਆ ਹੈਗੇ ਜਿਹੜੇ ਕੰਟਰੋਲ ਨਹੀਂ ਕੀਤੇ ਨੰਬਰ 2 ਸਲਤਬੱਲਾ ਇੱਥੇ ਇੱਥੇ ਵੱਡੀ ਫੌਟ ਲਾਈਨ ਇਹ ਰਹੀ ਹੈਗੀ ਹੈ ਦੂਜੇ ਨੰਬਰ ਤੇ ਜੋ ਬੇਰੋਜ਼ਗਾਰੀ ਦਾ ਮੁੱਦਾ ਸਿਗਾ ਉਹ ਚੋ ਕਾਗਜ਼ੀ ਕਾਰਵਾਈਆਂ ਦਰਸ਼ਨੀ ਕਾਰਵਾਈਆਂ ਕਰਕੇ ਕਿ ਬਈ ਤੈਨੂੰ ਪੈਟਰੋਲ ਪੰਪ ਤੇ ਲੁਆਤਾ ਤੈਨੂੰ ਗੈਸ ਬੰਡਰੀ ਏਜੰਸੀ ਲੁਆਤਾ ਕੋਈ ਰੋਜ਼ਗਾਰ ਦਾ ਮਤਲਬ ਹੈ ਗੁਜ਼ਾਰੇ ਲੈ ਕੇ ਰੋਜ਼ਗਾਰ ਜਗ੍ਹਾ ਦਾ ਨਹੀਂ ਕਿ 5-6000 ਦਾ ਰੋਜ਼ਗਾਰ ਪੜੇ ਲਿਖੇ ਲੋਕਾਂ ਨੂੰ ਸੋ ਇਹ ਕੋਈ ਰੋਜ਼ਗਾਰ ਨਹੀਂ ਸਿਗਾ ਇੱਥੇ ਫੇਲ ਹੋਈ ਹੈਗੀ ਹੈ ਤੀਜਾ ਗੱਲ ਹੈ ਕਿ ਜਿਹੜੇ ਬਰਗਾੜੀ ਦਾ ਮੁੱਦਾ ਹੈਗਾ ਇਹਦੇ ਜੋ ਡਰਾਮਾ ਮੈਂ ਤਾਂ ਸਮਝ ਨਹੀਂ ਆਇਆ ਡਰਾਮਾ ਹੋਇਆ ਕੀ ਹੈਗਾ ਮੈਨੂੰ ਸੱਚੀ ਨਹੀਂ ਸਮਝਾਈ ਹੁਣ ਤੱਕ ਮੈਨੂੰ ਮੈਨ ਬਈ ਵਿਜੇ ਕਮਰਪਾਲ ਸਿੰਘ ਦੀ ਕੀ ਚੀਜ਼ ਹੈ ਹਾਈ ਕੋਰਟ ਕੀ ਚੀਜ਼ ਹੈ ਇਸ ਮਾਮਲੇ ਵਿੱਚ ਹਾਂਜੀ ਤੇ ਕਾਂਗਰਸ ਦਾ ਰੈਐਕਸ਼ਨ ਕੀ ਹੈ ਸਿੱਧੂ ਦਾ ਰੈਐਕਸ਼ਨ ਕੀ ਹੈ ਬਾਦਲਾ ਰੈਐਕਸ਼ਨ ਕੀ ਹੈਗਾ ਹੈ ਪੁਲਿਸ ਆਏ ਕੀ ਹੈ ਮਤਲਬ ਇੰਨਾ ਜਿੰਨੀ ਮੈਂ ਕਹਿੰਦਾ ਜਿੰਨੀ ਬੇਕਦਰੀ ਉਹ ਉਹਨਾਂ ਨੇ ਕੀਤੀ ਹੈਗੀ ਐ ਇੱਕ ਇੱਕ ਕਾਲਾ ਕ ਕੰਮ ਕਰਨ ਵਾਲਿਆਂ ਨੇ ਗੁਰੂ ਜੀ ਨੇ ਗੁਰਾਂ ਸਾਹਿਬ ਦੇ ਮਤਲਬ ਪੰਨੇ ਫਾੜ ਕੇ ਕਲਾਰੇ ਹੈਗੇ ਆ ਉਹ ਤੋਂ ਵੱਧ ਬੇਕਦਰੀ ਗੁਰੂਆਂ ਸਾਹਿਬ ਦੀ ਕੈਪਟਨਾ ਨੇ ਬਾਦਲਾਂ ਨੇ ਇਸ ਕੋਰਟਾਂ ਨੇ ਸਟ ਸਟ ਕਮੇਟੀਆਂ ਨੇ ਪੁਲਿਸ ਅਫਸਰਾਂ ਨੇ ਉਨੀ ਕਰ ਦਿੱਤੀ ਹੈਗੀ ਕਰ ਦਿੱਤੀ ਉਹ ਤੋਂ ਵੱਧ ਕਰ ਦਿੱਤੀ ਹੈ ਸੋ ਇਹ ਤਾਂ ਮਤਲਬ ਤੇ ਤੀਜਾ ਇਸ ਫਰੰਟ ਤੇ ਬਾ ਸਰਕਾਰ ਬਿਲਕੁਲ ਫੇਲ ਹੋਈ ਹੈ ਕਿ ਇਹਨੂੰ ਪ੍ਰੋਪਰਲੀ ਟਰਾਂਸਪੇਰੈਂਸੀ ਨਾਲ ਫਾਲੋ ਕਰਕੇ ਸਹੀ ਲੋਕਾਂ ਨੂੰ ਸਜ਼ਾ ਦੇਣੀ ਉਹਨਾਂ ਜੇਲ੍ਹਾਂ ਪਿੱਛੇ ਡੱਕਣਾ ਤੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਹਨਾਂ ਉਹਨਾਂ ਦੇ ਪਾਣੀ ਪਾਣਾ ਹੈਗਾ ਮਤਲਬ ਉਹਨਾਂ ਠੰਡ ਠੰਡਾ ਕਰਨਾ ਭਾਵਨਾਵਾਂ ਨੂੰ ਤੇ ਬਾਕੀ ਜਿਹੜੀ ਕਰਪਸ਼ਨ ਸੀ ਜਿਹੜਾ ਪਹਿਲਾਂ ਜ਼ਿਕਰ ਕੀਤਾ ਮੈਂ ਤੇ ਫਿਰ ਜਿਹੜਾ ਉਸ ਤੋਂ ਬਾਅਦ ਜਿਹੜਾ ਇਹਨਾਂ ਸਿਗਾ ਵਾਦਾ ਅੱਧਾ ਪਚਦਾ ਪੂਰਾ ਕੀਤਾ ਹੈ ਉਹ ਵੀ ਉੱਚ ਵੀ ਬੜੀ ਪੱਖਪਾਤ ਹੋਇਆ ਹੈਗਾ ਕਾਂਗਰਸ ਸਰਪੰਚਾਂ ਲੋਕਾਂ ਦੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਕਿ ਜਿਹੜੇ ਕਿਸਾਨੀ ਦੇ ਕਰਜ਼ੇ ਸੀਗੇ ਕੁਝ ਲੋਕਾਂ ਨੇ ਮਾਫ ਕੀਤੇ ਮੈਨੂੰ ਇਹ ਕਹਿੰਦਾ ਬਿਲਕੁਲ ਇਸ ਪਾਸੇ ਢੱਕਾ ਨਹੀਂ ਤੋੜਿਆ ਹੈਗਾ ਪਾਪ ਕੀਤੇ ਆਪਰੂਚ ਵੀ ਇਹ ਇਹ ਸ਼ਿਕਾਇਤ ਆ ਰਹੀਆਂ ਕਿ ਆਪਣੇ ਆਪਣੇ ਨਹੀਂ ਨਗੂਨੇ ਕੀਤੇ ਤੇ ਕੁਝ ਆਪਣੇ ਹੱਕ ਵਾਲੇ ਲੋਕਾਂ ਨੂੰ ਦੇ ਦਿੱਤੇ ਬਾਕੀ ਜਿਹੜੇ ਸੱਚਪੂਰਤ ਪਾਤਰ ਸੀਗੇ ਹੋ ਲਾਪਾਤਰੀ ਹੋਣੇ ਚਾਹੀਦੇ ਸੀਗੇ ਉਹਨਾਂ ਨੂੰ ਨਹੀਂ ਮਿਲੇ ਹੈਗੇ ਫਿਰ ਇਸ ਤੋਂ ਇਲਾਵਾ ਜਿਹੜਾ ਮਤਲਬ ਪੁਲਿਸ ਵਿੱਚ ਅਫਸਰਸ਼ਾਹੀ ਚ ਜੋ ਦਖਲਅੰਦਾਜ਼ੀ ਹੈਗੀ ਹੈ ਸਰਕਾਰੀ ਅਫਸਰਸ਼ਾਹੀ ਵਿੱਚ ਤੇ ਪੁਲਿਸ ਵਿੱਚ ਡੀਸੀਆਂ ਨੂੰ ਐਸਐਸਪੀਆਂ ਨੂੰ ਮੈਂ ਆਪਣੇ ਇਲੈਕਸ਼ਨ ਵੇਲੇ ਦੇਖਿਆ ਉਸ ਤੋਂ ਬਾਅਦ ਲਗਾਤਾਰ 4.5 ਸਾਲ ਤੋਂ ਦੇਖਦਾ ਆ ਰਿਹਾ ਹੈਗਾ ਕਿ ਇੰਨੀ ਜ਼ਿਆਦਾ ਦਖਲਅੰਦਾਜ਼ੀ ਹੈ ਕਿ ਅਕਾਲੀਆਂ ਵੇਲੇ ਵੀ ਸੀਗੀ ਤੇ ਕਾਂਗਰਸ ਵੇਲੇ ਉਹ ਤੋਂ ਇੱਕ ਇੱਕ ਮਾਸਾ ਵੱਧ ਹੋ ਗਈ ਘੱਟ ਬਿਲਕੁਲ ਨਹੀਂ ਹੈਗੀ ਇਹ ਬਤਨ ਹੈ ਕਿ ਕੋਈ ਅਫਸਰ ਨਿਰਪੱਖ ਰੂਪ ਨਾਲ ਕੰਮ ਨਹੀਂ ਕਰ ਸਕਦਾ ਕਾਨੂੰਨ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਜਦ ਤੱਕ ਐਮਐਲਏ ਟੈਲੀਫੋਨੀ ਜਾਂਦਾ ਐ ਤੱਕ ਮਿਨਿਸਟਰ ਟੈਲੀਫੋਨੀ ਜਾਂਦਾ ਐ ਤੱਕ ਕੌਂਸਲਰ ਟੈਲੀਫੋਨੀ ਜਾਂਦਾ ਉਹ ਰਿਪੋਰਟ ਤੱਕ ਦਰਜ ਨਹੀਂ ਕਰਦਾ ਕਿਸੇ ਰੇਪ ਕੇਸ ਦੀ ਸੋ ਇਹ ਜਿਹੜੀ ਹਾਲਤ ਹੈ ਜਿਹੜੀ ਸਰਕਾਰੀ ਦਖਲਅੰਦਾਜ਼ੀ ਹੈ ਜਿਹੜੀ ਬਿਊਰੋਕਰੇਸੀ ਤੇ ਜਿਹੜੀ ਜਕੜ ਹੈਗੀ ਹੈ ਮਕੜਾ ਜਿਹੜਾ ਜਾਲ ਵਿਛਿਆ ਪਿਆ ਅਫਸਰ ਸ਼ਾਹੀ ਦਾ ਉੱਪਰ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਦੇ ਉੱਪਰ ਸਿਆਸਤ ਦਾ ਉਹ ਬਿਲਕੁਲ ਨਹੀਂ ਤੋੜੇ ਇਹਨਾਂ ਨੇ ਤੋੜਿਆ ਹੈਗਾ ਤੀਜੀ ਗੱਲ ਜਿਹੜਾ ਵੱਡਾ ਵੱਡਾ ਕਿ ਅਕਾਲੀ ਕਰਕੇ ਗਏ ਸੀਗੇ ਔਰ ਐਨੇ ਅਸਾਮੇਸ ਪਏ ਹੁੰਦੇ ਸੀਗੇ ਕਿ ਜੇਕਰ ਤੁਹਾਡਾ ਪਲਾਂਟ ਜੇ ਬਿਜਲੀ ਬਾਧੂ ਪੈਦਾ ਹੁੰਦੀ ਹੈ ਤੇ ਪੰਜਾਬ ਸਰਕਾਰ ਆਪਣੇ ਪਲਾਂਟ ਬੰਦ ਕਰੂਗੀ ਸਾਡੇ ਕੋ ਬੀਲ ਤੁਹਾਨੂੰ ਖਰੀਦਣੀ ਪੈਣੀ ਹੈਗੀ ਜਿਹਦੀ ਬਿਜਲੀ ਤਿੰਨ 3.5 ਰੁਪਏ ਦਿੱਲੀ ਦੇ ਰਿਹਾ ਹੈਗਾ ਜਾਂ ਹੋਰ ਦੇ ਰਾਜ ਲੈ ਰਹੇ ਹੈਗੇ ਸਾਨੂੰ 8-9 ਰੁਪਏ ਬਿਜਲੀ ਮਿਲਦੀ ਪਈ ਹੈ ਇਹ ਸਿਰਫ ਉਹਨਾਂ ਸ਼ਰਮਾ ਸੋਹਤਿਆ ਕਰਕੇ ਉਹਨਾਂ ਨੂੰ ਰੱਦ ਕਰਨੀ ਚਾਹੀਦੀ ਸਪੈਸ਼ਲ ਪਾਵਰ ਯੂਜ਼ ਕਰਕੇ ਔਰ ਤੇ ਸਿੱਧੂ ਸਾਹਿਬ ਨੇ ਮਾਰ ਖਾਧੀ ਹੈ ਸਿੱਧੂ ਸਾਹਿਬ ਜੇ ਮੈਗਮਾ ਜੁਆਇਨ ਕਰ ਲੈਂਦੇ ਇਹ એનર્ਜੀ ਦਾ ਬਿਜਲੀ ਬਿਜਲੀ ਮਹਿਕਮਾ ਜਾਣ ਕਰ ਲੈਂਦੇ ਆਂਦੇ ਹੀ 2 ਮਹੀਨੇ ਦੇ ਵਿੱਚ ਵਿੱਚ ਸਾਰੇ ਪੰਜਾਬ 'ਚ ਮਾਹੌਲ ਬਿਲਡ ਕਰਕੇ ਇਹ ਇਹ ਰੱਦ ਕਰ ਦਿੰਦੇ ਮਤਲਬ ਜਿਹੜੇ ਸਮਝੌਤੇ ਸੀਗੇ ਸਾਰੇ ਪੰਜਾਬ 'ਚ ਬੱਲੇ ਬੱਲੇ ਹੋਣੀ ਸੀ ਸਾਰੇ ਲੋਕਾਂ ਨੂੰ ਰਾਹਤ ਮਿਲਣੀ ਸੀ ਔਰ ਸੈਂਟ ਮਜ਼ਬੂਰ ਹੋਣਾ ਸੀ ਕਾਂਗਰਸ ਸਰਕਾਰ ਨੇ ਕਿ ਇਹਨੂੰ ਇਹਨੂੰ ਲਾਗੂ ਕੀਤਾ ਜਾਵੇ ਸਾਰੀ ਕਾਂਗਰਸ ਫਸਦੀ ਸੀਗੀ ਉਹਨਾਂ ਨੇ ਪਰ ਆਪਣੀ ਉਹਨਾਂ ਦੀ ਆਪਣੀ ਪ੍ਰਾਇਓਰਟੀ ਸੀ ਕਿ ਮੈਂ ਪਾਸੇ ਹੋਣਾ ਮੈਂ ਅਗਿਆਤ ਵਾਸ ਜਾਣਾ ਉਹ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਹੈਗਾ ਸੋ 1 41 ਬਿਜਲੀ ਦੇ ਉੱਤੇ ਰਾਦ ਨਾ ਕੀਤੇ 1 ਇਹੇ ਬਹੁਤ ਮਲੇ ਮੇਨ ਮੁੱਦੇ ਪੰਜ ਛੇ ਇਹ ਜਿਨ੍ਹਾਂ ਤੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨਿਖੇਧ ਰਹੀ ਹੈ ਬਹੁਤ ਨਿਖੇਧ ਰਹੀ ਹੈ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਰੱਖਦਾ ਹਾਂ ਸ਼ੁਕਰੀਆ ਥੈਂਕ ਯੂ ਥੈਂਕ ਯੂ